ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਦਰਸ਼ਕੋ ਅਸੀਂ ਸਾਰੇ ਹੀ ਇਸ ਗੱਲ ਤੋਂ ਪਲੀ ਪੰਤੀ ਜਾਣੂ ਆ ਕਿ ਕਿੰਨਾ ਜ਼ਰੂਰੀ ਹੋ ਜਾਂਦਾ ਹੈ ਸਾਨੂੰ ਆਪਣੇ ਧਰਮ ਦੇ ਪ੍ਰਤੀ ਜਾਣਕਾਰੀ ਦੇ ਅਨੁਸਾਰ ਰਾਜਨੀਤੀ ਦੇ ਵੱਲ ਨੂੰ ਰੁਖ ਕਰਨਾ ਵੀ ਬਹੁਤ ਜ਼ਰੂਰੀ ਹੈ ਸਾਨੂੰ ਕੀ ਸਾਡੇ ਰਿਆਸਤ ਦੇ ਵਿੱਚ ਕੀ ਸਾਡੇ ਦੇਸ਼ ਦੇ ਵਿੱਚ ਸਿਆਸੀ ਮੁੱਦੇ ਕੀ ਚੱਲ ਰਹੇ ਨੇ ਉਹਨਾਂ ਵੱਲ ਵੀ ਸਾਨੂੰ ਸੁਚੇਤ ਹੋਣਾ ਸਮੇਂ-ਸਮੇਂ ਤੇ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਆਪਣੇ ਧਾਰਮਿਕ ਫਲਸਫਿਆਂ ਤੇ ਚੱਲਦੇ ਆਂ ਅਸੀਂ ਆਪਣੇ ਧਰਮ ਦੇ ਪ੍ਰਚਾਰ ਦੇ ਲਈ ਆਪਣਾ ਪੂਰਾ ਪੂਰਾ ਯੋਗਦਾਨ ਦੇ ਰਹੇ ਆਂ ਉਹਨਾਂ ਦੇ ਲਈ ਕੀ ਕੁਝ ਸਾਨੂੰ ਵਿਸ਼ੇ ਚੁੱਕਣੇ ਚਾਹੀਦੇ ਨੇ ਉਹ ਗੱਲ ਕਰਦੇ ਆਂ ਤਾਂ ਉੱਥੇ ਹੀ ਸਾਨੂੰ ਰਾਜਨੀਤਿਕ ਪੱਖ ਵੱਲ ਵੀ ਓਨਾ ਹੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਸਾਡੀ ਕੌਮ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਨੇ ਆਪਣੀ ਪਛਾਣ ਪਹਿਲਾਂ ਤਾਂ ਪੂਰੇ ਸੰਸਾਰ ਦੇ ਵਿੱਚ ਹੈ ਹੀ ਔਰ ਉਸ ਨੂੰ ਅਸੀਂ ਮਜ਼ਬੂਤ ਵੀ ਕਰ ਸਕਦੇ ਹਾਂ ਹੁਣ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਡੀਲਿਮਿਟੇਸ਼ਨ ਜਦੋਂ ਦਾ ਡੀਲਿਮਿਟੇਸ਼ਨ ਦੀ ਗੱਲ ਆਈ ਹੈ ਤਾਂ ਬਹੁਤ ਕੁਝ ਬਦਲਦਾ ਦੇਖਿਆ ਗਿਆ ਡਿਲੀਮੀਟੇਸ਼ਨ ਹੈ ਕਿ ਹੁਣ ਤੱਕ ਤਾਂ ਸਾਰੇ ਇਸ ਗੱਲ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹੋ ਗਏ ਹੋਣਗੇ ਜਿੱਦਾਂ ਕਿ ਜੰਮੂ ਤੇ ਕਸ਼ਮੀਰ ਦੀਆਂ ਸੀਟਾਂ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਹੈ ਹੁਣ ਪਤਾ ਨਹੀਂ ਕਿ ਇਹ ਡਿਲੀਮੀਟੇਸ਼ਨ ਜਾਏਗਾ ਕਿੱਧਰ ਨੂੰ ਫਿਲਹਾਲ ਤੇ ਇੱਕ ਹਿੱਲਚੁਲ ਜ਼ਰੂਰ ਹੋਈ ਹੈ ਇੱਕ ਹਲਚਲ ਜ਼ਰੂਰ ਹੋਈ ਹੈ ਜਿੱਥੇ ਆਪਾਂ ਸਟਕ ਹੋ ਗਏ ਸੀ ਉੱਥੇ ਹਲਚਲ ਜ਼ਰੂਰ ਹੋਈ ਹੈ ਲੇਕਿਨ ਨਤੀਜਾ ਨਿਕਲ ਕੇ ਕੀ ਆਉਂਦਾ ਇਹ ਸਮਾਂ ਦੱਸੇਗਾ ਅੱਪਾ ਕੱਲ ਦੇਖਿਆ ਪ੍ਰੈਸ ਕਾਨਫਰੰਸ ਦੇ ਰਾਹੀਂ ਬਹੁਤ ਖੁਸ਼ੀ ਵੀ ਮਹਿਸੂਸ ਹੋਈ ਹੈ ਸਾਡੇ ਸਾਬਕਾ ਐਮਐਲਸੀ ਸਾਡੇ ਐਮਐਲਏ ਸਾਡੇ ਮਨਿਸਟਰ ਜਿਹੜੇ ਸਾਬਕਾ ਮਨਿਸਟਰ ਨੇ ਸਾਡੀ ਸਿੱਖ ਕੌਮ ਦੇ ਜਿਹੜੇ ਸਾਡੀ ਰਹਿਨਮਾਈ ਕਰ ਰਹੇ ਸੀ ਕੇਂਦਰ ਦੇ ਵਿੱਚ ਜਾ ਕੇ ਵੀ ਸਾਡੇ ਪੱਖ ਨੂੰ ਰੱਖਦੇ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਾਂ ਵੇਖਿਆ ਕਿ ਸਾਰੇ ਆਪਾਂ ਇੱਕਜੁੱਟ ਹੋ ਗਏ ਆ ਯੂਨਿਟੀ ਹੋ ਗਈ ਹੈ ਖੁਸ਼ੀ ਬਹੁਤ ਹੋਈ ਔਰ ਭਾਵੇਂ ਸਾਰੇ ਕਹਿ ਰਹੇ ਨੇ ਕਿ ਦੇਰ ਆਏ ਦਰਸਤ ਆਏ ਪਰ ਬਹੁਤ ਚੰਗਾ ਹੋਇਆ ਵਧੀਆ ਲੱਗਿਆ ਸਾਰਿਆਂ ਨੂੰ ਇਕੱਠੇ ਵੇਖ ਕੇ ਤਾਂ ਉਸੇ ਦੇ ਉੱਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੁੜੇ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਮੈਂ ਉਹਨਾਂ ਨੂੰ ਵੀ ਵਧਾਈ ਦਵਾਂਗੀ ਕਿ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਸਰਦਾਰ ਤਰਲੋਚਨ ਸਿੰਘ ਵਜੀਰ ਜੀ ਜਿਨ੍ਹਾਂ ਨੂੰ ਆਪਾਂ ਸਾਰੇ ਹੀ ਜਾਣਦੇ ਆ ਇਸ ਫੇਸ ਤੇ ਤੋਂ ਕੋਈ ਵੀ ਅਜੇਹਾ ਸਾਡੇ ਕੌਮ ਦਾ ਜਾਂ ਪੂਰੇ ਜੀਐਨਕੇ ਦਾ ਜੀਐਨਕੇ ਦੇ ਬਾਹਰ ਦਾ ਕੋਈ ਵੀ ਮੈਨੂੰ ਲੱਗਦਾ ਜਿਹੜਾ ਇੰਨਾਂ ਚੀਜ਼ਾਂ ਦੇ ਵਿੱਚ ਪੂਰਾ ਆਪਣੇ ਆਪ ਨੂੰ ਇਨਵੋਲਵ ਕਰਦੇ ਨੇ ਕਿ ਕੀ ਕੁਝ ਚੱਲ ਰਿਹਾ ਕੀ ਕੁਝ ਹੋਣਾ ਚਾਹੀਦਾ ਸਾਰੇ ਆਪਾਂ ਇਸ ਚਿਹਰੇ ਤੋਂ ਜਾਣੋ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਜੀ ਬਹੁਤ-ਬਹੁਤ ਸਵਾਗਤ ਕਰਦੀ ਆ ਤੁਹਾਡੇ ਬਾਣੀ ਚੈਨਲ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰਾ ਇੰਟਰਵਿਊ ਲੈਣ ਆਸੇ ਆਇਓ ਜੀ ਜਿਹੜੀ ਤੁਸੀਂ ਪਹਿਲਾਂ ਸੰਗਤ ਰੂਪ ਹੋ ਕੇ ਸਾਹਮਣੇ ਹੋ ਕੇ ਗੱਲ ਕਰ ਰਹੇ ਸੀ ਜੀ ਕਿ ਡਿਲੀਮਿਟੇਸ਼ਨ ਕਮਿਸ਼ਨ ਜਿਹੜਾ ਹੈ ਉਹਦੀ وجہ ਨਾਲ ਜੰ&ਕ ਦੀ ਯੂਟੀ ਦੇ ਵਿੱਚ ਹਲਚਲ ਮਚੀ ਹੋਈ ਆ ਜੀ ਡਿਫਰੈਂਟ ਪੋਲਿਟੀਕਲ ਪਾਰਟੀਆਂ ਡਿਫਰੈਂਟ ਆਰਗੇਨਾਈਜੇਸ਼ਨਾਂ ਜੀ ਅਲੱਗ-ਅਲੱਗ ਤੌਰ ਤੇ ਆਪਣਾ ਜੋ ਉਹਨਾਂ ਦਾ ਇਹ ਵਿਚਾਰ ਨੇ ਉਹ ਸਾਹਮਣੇ ਰੱਖ ਰਹੇ ਨੇ ਇਸ ਵਿੱਚ ਤੁਸੀਂ ਇੱਕ ਗੱਲ ਕਹੀ ਹੈ ਕਿ ਵਧਾਈ ਹੈ ਸਾਰੇ ਤੁਸੀਂ ਇਕੱਠੇ ਹੋਏ ਹੋ ਇਹ ਮੈਂ ਕਹਿੰਦਾ ਕਿ ਇਹ ਕ੍ਰੈਡਿਟ ਸਾਰੇ ਹੀ ਜਿਹੜੇ ਅਸੀਂ ਕੱਲ 6 ਬੈਠੇ ਸਾਂ ਜੀ ਇਹ ਕ੍ਰੈਡਿਟ ਸਾਰਿਆਂ ਨੂੰ ਹੀ ਜਾਂਦਾ ਹੈ ਜੀ ਕਿਉਂਕਿ ਸਾਰੇ ਹੀ ਅਲੱਗ-ਅਲੱਗ ਪਾਰਟੀਆਂ ਨਾਲ ਸੰਬੰਧਿਤ ਨੇ ਅਤੇ ਸਾਰੇ ਪਾਰਟੀਆਂ ਤੋਂ ਉੱਠ ਕੇ ਇਹ ਸੋਚ ਬਣ ਗਈ ਕਿ ਕੌਮ ਦਾ ਉਦੋਂ ਹੀ ਭਲਾ ਹੋ ਸਕਦਾ ਹੈ ਜਦੋਂ ਅਸੀਂ ਯੂਨਾਈਟ ਹੋਵਾਂਗੇ ਬਿਲਕੁਲ ਤੇ ਜਦੋਂ ਜਿਹੜੇ ਆਪਣੇ ਆਪ ਨੂੰ ਨੇਤਾ ਘੁਆਉਂਦੇ ਆ ਜੇ ਉਹ ਹੀ ਇਕੱਠੇ ਨਹੀਂ ਹੋਣਗੇ ਤਾਂ ਫਿਰ ਸੰਗਤ ਕਿਦਾਂ ਇਕੱਠੀ ਹੋ ਜਾਊਗੀ ਬਿਲਕੁਲ ਤਾਂ ਇੱਕ ਮੈਸੇਜ ਦੇਣਾ ਸੀਗਾ ਪੂਰੀ ਕੌਮ ਨੂੰ ਕਿਉਂਕਿ ਅਸੀਂ ਸਟੇਜਾਂ ਤੋਂ ਕਈ ਦਫਾ ਬੋਲਦੇ ਆ ਭਾਏ ਬਖਰੇਵਾ ਜਿਹੜਾ ਇਹਨੇ ਸਾਨੂੰ ਬਹੁਤ ਨੁਕਸਾਨ ਪਹਾਇਆ ਬਿਲਕੁਲ ਤੋਂ ਇੱਧੇ ਤੋਂ ਬਚੋ ਜੀ ਇਕੱਠੇ ਹੋ ਜਾਓ ਤੋਂ ਜਰੂਰ ਬੈਠੇ ਹੋਈ ਸੰਗਤ ਦੇ ਮਣਾ ਵਿੱਚ ਗੱਲ ਜਰੂਰ ਆਉਂਦੀ ਹਣੀ ਪਰ ਜੀ ਆਪ ਤਾਂ ਇਕੱਠੇ ਹੁੰਦੇ ਨਹੀਂ ਸਾਨੂੰ ਕਹੀ ਜਾਂਦੇ ਹੋ ਜੀ ਤੋਂ ਉਹ ਸਾਡੀ ਸੋਚ ਬਣੀ ਅਸੀਂ ਉਹ ਸੋਚ ਨੂੰ ਸਾਰਿਆਂ ਨੇ ਪ੍ਰਵਾਨ ਕੀਤਾ ਤੇ ਕੱਲ ਅਸੀਂ ਸਟੇਜ ਤੋਂ ਬੋਲੇ ਹਾਂ ਰਾਜ ਅਸੀਂ ਡਿਲੀਮੀਟੇਸ਼ਨ ਨੂੰ ਵੀ ਮਿਲਾਂਗੇ ਤਾਂ ਕਿ ਜਿਹੜੀ ਕੁਪ ਸੱਢੀ ਕਮਿਊਨਿਟੀ ਦੇ ਆਪਣੇ ਮੁੱਦੇ ਨੇ ਜਿਹੜੀਆਂ ਆਪਣੀਆਂ ਡਿਫਿਕਲਟੀਜ਼ ਨੇ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹ ਇੱਕ ਤਾਂ ਉਹਨਾਂ ਦੇ ਸਾਹਮਣੇ ਜ਼ਾਹਿਰ ਕਰਕੇ ਜੀ ਉਹਨਾਂ ਤੋਂ ਇਹ ਕਹੀਏ ਕਿ ਤੁਹਾਡਾ ਕੋਲ ਕੀ ਸੋਲੂਸ਼ਨ ਹੈ ਤੁਸੀਂ ਸਾਨੂੰ ਕੀ ਦੇ ਸਕਦੇ ਹੋ ਤਾਂ ਕਿ ਅਸੀਂ ਕੁਝ ਨਾ ਕੁਝ ਜਿਹੜਾ ਸਾਡੇ ਲੋਗ ਅ ਅੱਜ 74 ਸਾਲ ਹੋ ਗਏ ਜੀ 47 ਤੋਂ ਲੈ ਕੇ ਅਸੀਂ ਉਜੜਦੇ ਹੀ ਲੱਗੇਦੇ ਆ 47 ਵਿੱਚ ਉਜੜੇ ਆ ਫਿਰ 65 ਵਿੱਚ ਉਜੜੇ ਆ ਫਿਰ 71 ਵਿੱਚ ਉਜੜੇ ਆ ਤੇ ਸਾਡਾ ਸੇਵਾ ਵੀ ਇਸ ਤਰ੍ਹਾਂ ਕੀਤਾ ਗਿਆ ਕਠੂਏ ਤੋਂ ਲੈ ਕੇ ਉੜੀ ਤੱਕ ਸਾਨੂੰ ਬਾਰਡਰਾਂ ਤੇ ਬਿਠਾਤਾ ਜੀ ਔਰ ਬਾਰਡਰਾਂ ਤੇ ਵੀ ਸਾਡੇ ਪੜੋਸੀ ਦੇਸ਼ ਦੇ ਨਾਲ ਕਿਦੇ ਬਹੁਤੇ ਚੰਗੇ ਸਬੰਧ ਨਹੀਂ ਹਨ ਉਸ وجہ ਨਾਲ ਸਾਡੀਆਂ ਜੰਗਾਂ ਹੀ ਹੁੰਦੀਆਂ ਰਹੀਆਂ ਉਹ ਜਦੋਂ ਜਦੋਂ جنگ ਹੋਈ ਉਦੋਂ ਉਦੋਂ ਅਸੀਂ ਡਿਸਟਰਬ ਹੋਏ ਆ ਬਿਲਕੁਲ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਬੜੀਆਂ ਸਟੇਜਾਂ ਤੋਂ ਵੀ ਮੈਂ ਇਹ ਕਹਾਵਾਂਗਾ ਕਿ ਡਾਕਟਰ ਬਰਮੂਨ ਸਿੰਘ ਜੀ ਜਦੋਂ ਪ੍ਰਾਈਮ ਮਿਨਿਸਟਰ ਸਨ ਉਹਨਾਂ ਨੇ ਇੱਕ ਰੌਂਡ ਟੇਬਲ ਕਾਨਫਰੰਸ ਕੀਤੀ ਸੀ ਉਹਦੇ 'ਚ ਵੀ ਅਸੀਂ ਚੁੱਕੇ ਲੇਕਿਨ ਅੱਜ ਤੱਕ ਪਤਾ ਨਹੀਂ ਕੀ ਸੋਚ ਆ ਦਿੱਲੀ ਦੀ ਸਿੱਖਾਂ ਦੇ ਬਾਰੇ ਚ ਜੇ ਕਿਤੇ ਜੰਗੇ ਮੈਦਾਨ ਵਿੱਚ ਹੋਵੇ ਜੇ ਗਲਵਾਨ ਘਾਟੀ ਹੋਏ ਤੇ ਕਰਗਲ ਹੋਏ ਤੇ ਤਾਂ ਤਾਂ ਸਿੱਖ ਚਾਹੀਦੇ ਨੇ ਤੇ ਜੇ ਅੰਦਰੂਨੀ ਤੌਰ ਤੇ ਸਿੱਖਾਂ ਦੀਆਂ ਹੁਕਾਂ ਦੀ ਗੱਲ ਹੋਵੇ ਤਾਂ ਫਿਰ ਸਿੱਖ ਜਾਂ ਤਾਂ ਖਾਲਸਾ ਨਹੀਂ ਹੋ ਜਾਂਦੇ ਆ ਜਾਂ ਵਖਵਾਦੀ ਹੋ ਜਾਂਦੇ ਨੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਗੱਲਾਂ ਤੋਂ ਅਸੀਂ ਕੋਸ਼ਿਸ਼ ਕਰਦੇ ਆਂ ਸਟੇਜਾਂ ਤੋਂ ਵੀ ਕਿ ਦਿੱਲੀ ਵਾਲਿਆਂ ਨੂੰ ਕਮਲਸ ਕਮ ਐਨਾ ਇੱਕ ਅਹਿਸਾਸ ਹੋ ਜਾਏ ਕਿ ਇਹ ਕੋਮ ਦੇਸ਼ ਭਗਤ ਹੈ ਦੇਸ਼ ਦੇ ਵਾਸਤੇ ਇਹਨਾਂ ਨੇ ਹਮੇਸ਼ਾ ਕੁਰਬਾਨੀ ਕੀਤੀ ਹੈ ਸਾਡੀ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਨੇ ਜੀ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਨੇ ਜੀ ਫਾਂਸੀਆਂ ਚੁੰਮ ਚੁੰਮ ਕੇ ਚੜੇ ਨੇ ਤੇ ਅੱਜ ਵੀ ਪਿੱਛੇ ਨਹੀਂ ਹਟਦੇ ਤੋਂ ਇਹ ਗੱਲਾਂ ਅਸੀਂ ਸਾਰੀਆਂ ਅ ਪਹਿਲੇ ਵੀ ਕਰਦੇ ਰਿਹਾ ਤੇ ਅੱਜ ਵੀ ਡਿਲੀਮੀਟੇਸ਼ਨ ਨਾਲ ਕਰਾਂਗੇ ਜੀ ਵੀਰ ਜੀ ਕਿੰਨਾ ਇਹ ਲੱਗਦਾ ਦੇਖੋ ਕਿ ਡਿਲੀਮੀਟੇਸ਼ਨ ਕਮਿਸ਼ਨ ਆ ਗਿਆ ਹਨਾ ਹੁਣ ਜਿੱਦਾਂ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਇਹ ਗੱਲ ਕਹੀ ਆ ਵੀ ਪਤਾ ਨਹੀਂ ਜਾਂਦਾ ਕਿੱਧਰ ਨੂੰ ਆ ਹੁਣ ਕੀ ਨਤੀਜਾ ਨਿਕਲ ਕੇ ਆਉਂਦਾ ਤੁਹਾਡੇ ਸੁਝਾਅ ਦੇ ਨਾਲ ਕਿਉਂਕਿ ਆਪਾਂ ਨੂੰ ਲੱਗਦਾ ਕਿ ਜਿਹੜੇ ਸਾਡੀ ਕੌਮ ਦੀ ਰਹਿਨੁਮਾਈ ਕਰ ਰਹੇ ਨੇ ਤੁਸੀਂ ਸਾਡੇ ਲਈ ਆਗੂ ਬਣ ਕੇ ਅੱਗੇ ਚੱਲ ਰਹੇ ਹੋ ਸਾਡੇ ਵਿਸ਼ਿਆਂ ਨੂੰ ਸਾਡੇ ਮੁੱਦਿਆਂ ਨੂੰ ਅਗਾਹ ਰੱਖ ਰਹੇ ਹੋ ਤੁਹਾਡੀ ਡੀ ਲਿਮਿਟੇਸ਼ਨ ਕਮਿਸ਼ਨ ਨੂੰ ਲੈ ਕੇ ਕੀ ਸੋਚਿਆ ਤੁਸੀਂ ਕੀ ਸੋਚਿਓ ਕਿੰਨਾ ਇਨਸਾਫ ਹੋਏਗਾ ਕਿੰਨੀ ਪਿਓਰਿਟੀ ਹੋਏਗੀ ਕਿੰਨਾ ਵਧੀਆ ਸਾਡੇ ਲਈ ਇੱਕ ਕੀ ਕਹਿੰਦੇ ਹੋ ਕਿ ਇੱਕ ਚੰਗਾ ਮੌਕਾ ਆਇਆ ਜਾਂ ਕੀ ਤੁਹਾਡਾ ਕੀ ਵਿਚਾਰ ਹੈ ਦਿੰਦੇ ਉਹ ਡੀ ਲਿਮਿਟੇਸ਼ਨ ਦੀ ਵੀ ਕੁਝ ਅਧਾ ਨੇ ਜੀ ਉਹ ਉਹ ਅਧਾ ਤੋਂ ਤਾਂ ਬਾਹਰ ਜਾ ਨਹੀਂ ਸਕਦਾ ਲੇਕਿਨ ਅਸੀਂ ਉਮੀਦ ਜ਼ਰੂਰ ਕਰਾਵਾਂਗੇ ਇਹਨਾਂ ਕੋਲੋਂ ਜੀ ਕਿਉਂ ਕਿ ਸਭ ਤੋਂ ਜਿਹੜੀ ਮੈਂ ਵੱਡੀ ਗੱਲ ਕਵਾਂਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾ ਜੀ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਔਰਤ ਜਿਹੜੀ ਹੈ ਉਹਦਾ ਦਰਜਾ ਬਹੁਤ ਉੱਚਾ ਸਾਡੇ ਧਰਮ ਦੇ ਵਿੱਚ ਤੇ ਇਸ ਡਿਲੀਮਿਟੇਸ਼ਨ ਕਮਿਸ਼ਨ ਦੀ ਜਿਹੜੀ ਹੈਡ ਹੈ ਉਹ ਵੀ ਔਰਤ ਹੈ ਜੀ ਔਰ ਰਿਟਾਇਰਡ ਸੁਪਰੀਮ ਕੋਰਟ ਦੇ ਜੱਜ ਨੇ ਹੋ ਤੇ ਅਸੀਂ ਉਮੀਦ ਰੱਖਦੇ ਆ ਕਿ ਜਿਦਾ ਮਾਂ ਮੇਂ ਸ਼ਾ ਆਪਣੇ ਸਾਰੇ ਬੱਚਿਆਂ ਦਾ ਬਰਾਬਰ ਖਿਆਲ ਰੱਖਦੀ ਹੈ ਜੀ ਇਸੇ ਤਰ੍ਹਾਂ ਇਸ ਡਿਲੀਮੀਟੇਸ਼ਨ ਕਮਿਸ਼ਨ ਦੀ ਇੱਕ ਔਰਤ ਹੈੱਡ ਹੋਣ ਦੇ ਨਾਤੇ ਵੀ ਮੈਂ ਮਹਿਸੂਸ ਕਰਦਾ ਕਿ ਜ਼ਰੂਰ ਜਿਹੜਾ ਉਹ ਫੇਅਰ ਐਂਡ ਫਰੀ ਹੋਰ ਜਿਹੜੀ ਗੱਲ ਸੀ ਉਹਨਾਂ ਨੂੰ ਦੱਸਾਂਗੇ ਆਪਣੀ ਕੌਮ ਦੇ ਬਾਰੇ ਵਿੱਚ ਜੀ ਉਹ ਸੁਣ ਕੇ ਜ਼ਰੂਰ ਇਹਦਾ ਜਸਟਿਸ ਕਰਨਗੇ ਜਿਹੜਾ ਸਾਡਾ ਇਨਜਸਟਿਸ ਅੱਜ ਤੱਕ ਹੋਇਆ ਉਹ ਉਮੀਦ ਕਰਦੇ ਆ ਅਸੀਂ ਜੀ ਕਿਉਂਕਿ ਜੇ ਅਸੀਂ ਬਾਹਰ ਹੋਰ ਪਾਰਟੀਆਂ ਦੀ ਗੱਲ ਕਰੀਏ ਤਾਂ ਲੋਕ ਤਾਂ ਇਹ ਕਹਿ ਰਿਹਾ ਕਿ ਜੋ ਨਾ ਕਰਨਾ ਹੈ ਉਹ ਨਾ ਕਰਕੇ ਆਏ ਹੋਇਆ ਇਹ ਤਾਂ ਐਵੇਂ ਦਿਖਾਵਾ ਹੈ ਜੀ ਜੀ ਲੇਕਿਨ ਮੈਂ ਸਮਝਦਾ ਕਿ ਅੱਜ ਡੈਮੋਕ੍ਰੈtic ਸਿਸਟਮ ਹੈ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਮਨਮਰਜ਼ੀ ਤੇ ਕਿਸੇ ਹੱਦ ਤੱਕ ਕਰ ਸਕਦੇ ਹੋ ਉਸ ਤੋਂ ਗਾਂਹ ਜਾਓਗੇ ਤਾਂ ਫੇਰ ਲੋਗ ਚੁੱਪ ਨਹੀਂ ਰਹਿੰਦੇ ਲੋਕਾਂ ਨੂੰ ਪਤਾ ਵੀ ਲੱਗ ਜਾਂਦਾ ਤੇ ਅੱਜ ਦੁਨੀਆ ਵੇਰ ਹੈ ਇਸ ਗੱਲੋਂ ਉਮੀਦ ਕਰਦੇ ਹਾਂ ਅਸੀਂ ਕਿ ਡੀਲਿਮਿਟੇਸ਼ਨ ਕਮਿਸ਼ਨ ਜਿਹੜੇ ਆਇਆ ਹੋਇਆ ਇਹ ਜ਼ਰੂਰ ਸਾਡੀ ਗੱਲ ਜਿਹੜੀ ਅਸੀਂ ਉਹਨਾਂ ਦੇ ਸਾਹਮਣੇ ਰੱਖਾਂਗੇ ਉਹਦੇ ਤੇ ਵਿਚਾਰ ਕਰਨਗੇ ਔਰ ਵਿਚਾਰ ਕਰਨ ਤੋਂ ਬਾਅਦ ਅਗਰ ਉਹਨਾਂ ਦੀ ਡੋਮੇਨ ਵਿੱਚ ਨਹੀਂ ਵੀ ਹੋਏਗਾ ਤੇ ਉਹ ਜ਼ਰੂਰ ਆਪਣੀ ਰეკਮੈਂਡੇਸ਼ਨਸ ਆ ਆਪਣੀ ਗੱਲ ਜਿਹੜੇ ਨੇ ਉਹ ਦਿੱਲੀ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਤੱਕ ਪਹੁੰਚਾ ਸਕਦੇ ਨੇ ਜੀ ਵੀਰ ਜੀ ਜਿਸ ਤਰ੍ਹਾਂ ਦੇ ਨਾਲ ਹੁਣ ਤੁਸੀਂ ਇੱਕ ਬੀੜਾ ਚੁੱਕਿਆ ਹੈ ਨਾ ਸਾਰੇ ਮਤਲਬ ਮਨਿਸਟਰ ਐਮ ਐਲ ਏ ਐਮ ਐਲ ਸੀ ਸਾਹਿਬ ਕਾ ਜਿਹੜੇ ਨੇ ਉਹ ਸਾਰੇ ਯੂਨਾਈਟ ਹੋ ਗਿਆ ਆਪਾਂ ਸਾਰੇ ਇਕੱਠੇ ਹੋ ਗਏ ਲੇਕਿਨ ਕਹਿੰਦੇ ਨੇ ਨਾ ਕਿ ਇੱਕ ਘਰ ਦੇ ਵਿੱਚ ਜਦੋਂ ਆਪਾਂ ਸਾਰੇ ਇਕੱਠੇ ਹੁੰਨੇ ਆ ਕਿੰਨੀ ਵੱਡੀ ਚੁਣੌਤੀ ਹੁੰਦੀ ਦੇਖੋ ਵਿਚਾਰ ਕਿਤੇ ਨਾ ਕਿਤੇ ਤੇ ਹੁੰਦੇ ਨੇ ਹਨਾ ਕਿਸੇ ਦੇ ਵਿਚਾਰ ਕਿਵੇਂ ਹੋਗੇ ਕਿਸੇ ਦੇ ਵਿਚਾਰ ਕਿਵੇਂ ਹੋਗੇ ਇਹ ਲੱਗਦਾ ਇੱਕ ਵੱਡੀ ਚੁਣੌਤੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਵਿਚਾਰ ਇੱਕ ਸੋਚ ਸਮਝ ਕੇ ਤਰੀਕੇ ਦੇ ਨਾਲ ਕਿਵੇਂ ਯੂਨਾਈਟ ਕਰਕੇ ਆਪਾਂ ਹੁਣ ਤੁਰਾਂਗੇ ਦੇਖੋ ਇੱਕ ਗੱਲ ਤਾਂ ਬਿਲਕੁਲ ਤੁਹਾਡੇ ਨੂੰ ਕੱਲ ਦੀ ਪ੍ਰੈਸ ਕਾਨਫਰੰਸ ਤੋਂ ਇਹ ਕਲੀਅਰ ਹੋ ਜਾਣਾ ਚਾਹੀਦਾ ਹੈ ਮੈਂ ਆਪਣੀ ਪੂਰੀ ਕੌਮ ਨੂੰ ਇਹ ਸਨੈਹ ਦੇਣਾ ਚਾਹੁੰਦਾ ਜੀ ਕਿ ਬੇਸ਼ੱਕ ਬਖਰੀਆਂ ਬਖਰੀਆਂ ਪਾਰਟੀਆਂ ਚ ਬਖਰੀਆਂ ਬਖਰੀਆਂ ਗੱਲਾਂ ਬਖਰੀਆਂ ਬਖਰੀਆਂ ਸੋਚਾਂ ਨੇ ਜੀ ਲੇਕਿਨ ਜਦੋਂ ਕੌਮ ਦੀ ਗੱਲ ਆਂਦੀ ਹੈ ਜੀ ਤਾਂ ਉਦੋਂ ਸਾਰਿਆਂ ਦਾ ਦਿਲ ਧੜਕਦਾ ਹੈ ਦਰਦ ਬਣਦਾ ਕੌਮ ਦੇ ਵਾਸਤੇ ਜੀ ਤੇ ਜਿਹੜਾ ਕੌਮ ਦੇ ਵਾਸਤੇ ਨਹੀਂ ਟੜਕੇਗਾ ਜਿਹਦਾ ਦਿਲ ਤੇ ਮੈਂ ਸਮਝਦਾ ਉਹਨੂੰ ਕਦੇ ਕੌਮ ਵੀ ਨਹੀਂ ਮaaf ਕਰਦੀ ਤੇ ਮੇਰਾ ਗੁਰੂ ਵੀ ਨਹੀਂ ਮaaf ਕਰਦਾ ਇਸ ਵਾਸਤੇ ਆ ਇਹ ਬਿਲਕੁਲ ਸੋਚ ਇਸ ਤੇ ਕਲੀਅਰ ਬਣੀ ਹੋਈ ਹੈ ਸਾਡੀ ਕਿ ਚਾਹੇ ਸਾਨੂੰ ਹੁਣ ਪ੍ਰੋਟੈਸਟ ਕਰਨੇ ਪੈਣ ਜੀ ਚਾਹੇ ਦਿੱਲੀ ਪ੍ਰਾਈਮ ਮਿਨਿਸਟਰ ਨਾਲ ਮਿਲਣਾ ਪਵੇ ਇਥੋਂ ਦੇ ਲਫਸ਼ਰ ਜਨਰਲ ਸਾਹਿਬ ਨਾਲ ਮਿਲਣਾ ਪੇ ਗੁਰਨ ਸਾਹਿਬ ਨਾਲ ਮਿਲਣਾ ਪੇ ਤਾਂ ਅਸੀਂ ਮਿਲਾਂਗੇ ਆਪਣੀ ਗੱਲ ਜ਼ਰੂਰ ਰੱਖਾਂਗੇ ਅੱਗੇ ਜੇ ਸਾਡੇ ਨਾਲ ਪਹਿਲੇ ਤਕਾ ਹੁੰਦਾ ਰਿਹਾ ਜੇ ਹੁਣ ਵੀ ਤਕਾ ਹੋਏਗਾ ਤੇ ਇਹਦੇ ਜਿਹੜੇ ਨਤੀਜੇ ਚੰਗੇ ਨਹੀਂ ਨਿਕਲਦੇ ਕੋਮਾ ਦੇ ਜਿਹੜੇ ਆਉਣ ਵਾਲੀ ਪੀੜ੍ਹੀ ਹੁੰਦੀ ਹੈ ਉਹਦੇ ਤੇ ਬੁਰਾ ਅਸਰ ਪੈਂਦਾ ਹੈ ਇਹਦਾ ਭਾਈ ਸਾਡਾ ਦੇਸ਼ ਸਾਡੇ ਬਾਰੇ ਕੁਝ ਵੀ ਨਹੀਂ ਸੋਚਦਾ ਜੀ ਇਹਨਾਂ ਗੱਲਾਂ ਦੇ ਨਾਲ ਅ ਜਿਹੜੇ ਦੇਸ਼ ਦੇ ਲੀਡਰ ਨੇ ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕਿਸੇ ਵੀ ਕੌਮ ਨੂੰ ਵਖਰੇਵੇਂ ਹੋ ਕੇ ਨਹੀਂ ਦੇਖਣਾ ਚਾਹੀਦਾ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ ਜਸਟਿਸ ਮਿਲਣਾ ਚਾਹੀਦਾ ਤੇ ਉਮੀਦ ਕਰਦੇ ਹਾਂ ਕਿ ਅਸੀਂ ਯੂਨਾਈਟ ਹੋ ਕੇ ਇਸ ਕੰਮ ਨੂੰ ਤੋਰ ਚਾੜਨ ਦੀ ਕੋਸ਼ਿਸ਼ ਕਰਾਂਗੇ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਰਥ ਬਖਸ਼ੇ ਸਭ ਨੂੰ ਸਮਰਥ ਬਖਸ਼ੇ ਤਾਂ ਕਿ ਅਸੀਂ ਕੌਮ ਦੀ ਸੇਵਾ ਕਰ ਸਕੀ ਜੀ ਬਿਲਕੁਲ ਵੀ ਜੀ ਜਿੱਦਾਂ ਕਿ ਤੁਸੀਂ ਕਹਿ ਰਹੇ ਕਿ 74 ਸਾਲ ਹੋ ਗਏ ਆਪਾਂ ਬਹੁਤ ਜ਼ਿਆਦਾ ਇਗਨੋਰ ਹੋਏ ਆ ਹਨਾ ਕਿ ਕੁਝ ਮਤਲਬ ਸਰਕਮਸਟੈਂਸਿਸ ਕੁਝ ਹਾਲਾਤ ਐਸੇ ਪੈਦਾ ਕਰ ਦਿੱਤੇ ਜਾਂਦੇ ਸੀਗੇ ਤੇ ਹੁਣ ਜਿਹੜਾ ਇਹ ਵਕ ਵਕ ਪਾਰਟੀਆਂ ਦੇ ਸਾਡੇ ਵਕ ਵਕ ਨੇਤਾ ਇੱਕ ਮਤਲਬ ਕਹਦੇ ਕਿ ਨਿਸ਼ਾਨ ਸਾਹਿਬ ਦੇ ਹੇਠਾਂ ਹੀ ਆਪਾਂ ਕਹਿੰਨੇ ਕਿ ਆਪਾਂ ਉਹਨਾਂ ਨੂੰ ਹੀ ਫੋਲੋ ਕਰਕੇ ਤੁਰਦੇ ਹਾਂ ਹੁਣ ਆਪਾਂ ਇਕੱਠੇ ਹੋ ਗਏ ਆ ਤਾਂ ਕੀ ਲੱਗਿਆ ਹੁਣ ਅੱਦੋ ਸਾਨੂੰ ਇਹ ਮਹਿਸੂਸ ਹੋਇਆ ਕਿ ਬਹੁਤ ਜ਼ਿਆਦਾ ਪਾਣੀ ਸਿਰ ਤੋਂ ਤੋ ਨੰਗ ਗਿਆ ਕਿ ਬਹੁਤ ਜ਼ਿਆਦਾ ਜ਼ਰੂਰਤ ਹੋ ਗਈ ਆ ਕਿ ਮਤਲਬ 74 ਸਾਲ ਦੇ ਬਾਅਦ ਅੱਜ ਕੀ ਅਜੀਹਾ ਹੋਇਆ ਕਿ ਮਤਲਬ ਇੱਕ ਫੀਲ ਹੁੰਦਾ ਨਾ ਕਿ ਹੁਣ ਬਰਦਾਸ਼ਤ ਨਹੀਂ ਆ ਵੇ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਵਾਕਿਆ 'ਚ ਆਉਣਾ ਆ ਕੁਝ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਨੇ ਜੀ 47 ਦੇ ਰਫੂਜੀ ਆਏ ਉਸ ਤੋਂ ਬਾਅਦ 65 ਦੇ ਆਏ 71 ਦੇ ਆਏ ਪਹਿਲੇ ਤਾਂ ਸਾਨੂੰ ਇਸ ਤਰੀਕੇ ਨਾਲ ਸਕੈਟਰਡ ਕੀਤਾ ਗਿਆ ਕਿ ਇਹਨਾਂ ਨੂੰ ਕਿਤੇ ਇਕੱਠੇ ਨਾ ਬਿਠਾ ਦਿਓ ਜੇ ਕਿਤੇ ਇਕੱਠੇ ਬਹਿ ਗਏ ਤੇ ਇਹ ਸਾਡੇ ਅੱਗੇ ਪ੍ਰੋਬਲਮਾਂ ਕ੍ਰੀਏਟ ਕਰਨਗੇ ਇਹ ਕੱਲ ਆਪਣਾ ਰਿਪ੍ਰੈਜ਼ੈਂਟੇਟਿਵ ਚੁਣ ਲੈਣਗੇ ਜੀ ਇਹਨਾਂ ਨੂੰ ਇਸ ਤਰ੍ਹਾਂ ਸੇਵਾ ਕਰ ਦਿਓ ਇਹਨਾਂ ਦਾ ਕਿ ਇਹ ਆਪਣਾ ਰਿਪ੍ਰੈਜ਼ੈਂਟੇਟਿਵ ਨਾ ਚੁਣ ਸਕਣ ਜਦੋਂ ਰਿਪ੍ਰੈਜ਼ੈਂਟੇਟਿਵ ਆਪਣਾ ਨਹੀਂ ਚੁਣ ਸਕਣਗੇ ਤਾਂ ਫੇਰ ਸਾਡੇ ਮਗਰ ਚੱਲਦੇ ਰਹਿਣਗੇ ਜੀ ਔਰ ਉਹੀ ਹੋਇਆ ਕਿ ਅਸੀਂ ਅੱਜ ਤੱਕ ਕਿਦੇ ਮੇਰੇ ਸਭ 74 ਸਾਲਾਂ ਚ ਤਿੰਨ ਜਾਂ ਚਾਰ ਆਪਣੇ ਐਮਐਲਏ ਬਣਾ ਸਕੇ ਆ ਉਹ ਵੀ ਕਿਸੇ ਪਾਰਟੀ ਦੀ ਟਿਕਟ ਦੇ ਕਿਸੇ ਪਾਰਟੀ ਦੀ سپورਟ ਦੇ ਨਾਲ ਸਾਡਾ ਵਸੇਵਾ ਇਸ ਤਰ੍ਹਾਂ ਕੀਤਾ ਗਿਆ ਕਿ ਕਿਦੇ ਅਸੀਂ 20000 ਆ ਕਿਦੇ 12000 ਆ ਕਿਦੇ 18000 ਆ ਕਿਦੇ 25 ਆ ਕਿਦੇ 15 ਕਿਦੇ 10 ਆ ਇਸ ਤਰੀਕੇ ਨਾਲ ਵਸੇਵਾ ਸਾਡਾ ਬਾਰਡਰਾਂ ਤੇ ਸਾਨੂੰ ਸੁਟਿਆ ਗਿਆ ਫੇਰ ਵਕਤਨ ਵਕਤਨ ਹਮੇਸ਼ਾ ਹੀ ਇਹ ਸਾਡੇ ਨਾਲ ਵਖਰੇਵੇਂ ਵਾਲੀ ਗੱਲ ਕੀਤੀ ਗਈ। ਜੀ। ਔਰ ਉਸ وجہ ਨਾਲ ਅਸੀਂ ਆਪਣਾ ਰਿਪਰੈਜ਼ੈਂਟੇਟਿਵ ਨਹੀਂ ਚੁਣ ਸਕੇ। ਆਪਣਾ ਰਿਪਰੈਜ਼ੈਂਟੇਟਿਵ ਨਾ ਚੁਣਨ ਦੀ وجہ ਦੇ ਨਾਲ ਅਸੈਂਬਲੀ ਇੱਕ ਐਸੀ ਚੀਜ਼ ਹੈ ਜਾਂ ਪਾਰਲੀਮੈਂਟ ਇੱਕ ਐਸੀ ਚੀਜ਼ ਹੈ ਜਿੱਥੇ ਤੁਸੀਂ ਆਵਾਜ਼ ਚੁੱਕੋਗੇ ਉਹ ਆਵਾਜ਼ ਪੂਰੇ ਵਾਰਡ 'ਚ ਜਾਂਦੀ ਹੈ। لیکن ਜਦੋਂ ਤੁਸੀਂ ਤੁਹਾਡਾ ਪ੍ਰੈਜ਼ੀਡੈਂਟੇਟਿਵ ਕੋਈ ਨਹੀਂ ਤੁਹਾਡੀ ਆਵਾਜ਼ ਕਿੱਥੋਂ ਜਾਏਗੀ ਤੁਹਾਡੀ ਆਵਾਜ਼ ਨਹੀਂ ਜਾ ਸਕਦੀ ਮੈਂ ਨੰਬਰ ਲੈਜਿਸਲੇਟਿਵ ਕੌਂਸਲ ਰਿਆਂ جی ਕੌਂਸਲ ਅਪਰ ਹਾਊਸ ਹੈ ਅਪਰ ਹਾਊਸ 'ਚ ਉਨੀ ਤਾਕਤ ਨਹੀਂ ਹੁੰਦੀ ਜੰਨੀ ਅਸੈਂਬਲੀ 'ਚ ਹੈ جی ਅਸੈਂਬਲੀ ਜਿਹੜਾ ਕਾਨੂੰਨ ਪਾਸ ਕਰ ਦੇਗੀ ਉਹ ਅਪਰ ਹਾਊਸ ਨੂੰ ਪਾਸ ਕਰਨਾ ਪੈ ਜਾਂਦਾ ਹੈ ਲੇਕਿਨ ਅਪਰ ਹਾਊਸ ਕੋਈ ਚੀਜ਼ ਪਾਸ ਕਰੇ ਤਾਂ ਅਸੈਂਬਲੀ ਦੀ ਮਰਜ਼ੀ ਹੈ ਮੰਨੇ ਜਾਂ ਨਾ ਮੰਨੇ ਔਰ ਜਿਹੜੇ ਅਸੀਂ ਅਮਰ ਸਿਭਾ ਨੇ ਵੀ ਆ ਮੈਂਬਰ ਲੈਜਲੇਟ ਕੌਂਸਲ ਬਣੇ ਵੀ ਆ ਉਹ ਪਾਰਟੀਆਂ ਨੇ ਬਣਾਇਆ ਸਾਨੂੰ ਜਦੋਂ ਪਾਰਟੀਆਂ ਨੇ ਬਣਾਇਆ ਤੇ ਫਿਰ ਬੰਦਾ ਕੁਝ ਜ਼ਿਆਦਾ ਨਹੀਂ ਤਾਂ ਕਾਫੀ ਪਾਰਟੀਆਂ ਦਾ ਬੰਨਿਆ ਦਾ ਹੁੰਦਾ ਹੈ ਬਿਲਕੁਲ ਤੇ ਤੁਸੀਂ ਬੈਗਰ ਹੋ ਤੁਸੀਂ ਆਪਣੀ ਅ ਤਾਕਤ ਦੇ ਨਾਲ ਨਹੀਂ ਆਏ ਹੋ ਤੇ ਤਾਕਤ ਮੈਂ ਸਮਝਦਾ ਕਿ ਸਾਡੇ ਗੁਰੂ ਮਹਾਰਾਜ ਨੇ ਕਿਹਾ ਜਿਹੜੀ ਕੋਈ ਕਿਸੇ ਕੋ ਰਾਜ ਨਾ ਦੇ ਜੋ ਲੈ ਹੈ ਨਿਜ ਬਲ ਸੇ ਲੈ ਹੈ ਨਿਜ ਬਲ ਪੈਦਾ ਕਰਨ ਦੀ ਸੋਚ ਬਣੀ ਆ ਸਾਡੀਆਂ ਕਿ ਆਓ ਇਕੱਠੇ ਹੋ ਜਾਈਏ ਜੇ ਸਾਨੂੰ ਗਵਰਨਮੈਂਟ ਕੋਲੋਂ ਮੰਗਦੇ ਆ ਮੰਗਦਿਆਂ 74 ਸਾਲ ਲੰਘ ਗਏ ਨੇ ਸਾਨੂੰ ਇਹ ਨਾ ਕਿ ਨਹੀਂ ਕੀਤਾ ਤੇ ਹੁਣ ਇਸ ਨਤੀਜੇ ਤੇ ਪੁੱਜੀਏ ਕਿ ਜੇ ਆਪਾਂ ਕਿਸੇ ਨੂੰ ਜਿਤਾ ਨਹੀਂ ਸਕਦੇ ਤਾਂ ਹਰਾ ਤਾਂ ਸਕਦੇ ਆ ਜੀ ਇਹ ਤਾਂ ਅਹਿਸਾਸ ਉਹਨਾਂ ਨੂੰ ਹੋ ਜਾਏ ਭਾਈ ਹੁਣ ਜਿਹੜੀ ਕੌਮ ਹੈ ਇਸ ਕੌਮੀ ਜਾਗਰਤੀ ਆ ਗਈ ਹੈ ਜਬ ਤੱਕ ਅਸੀਂ ਇਹਨਾਂ ਦਾ ਹੱਕ ਨਹੀਂ ਲਿਆਗੇ ਤਦੋਂ ਤੱਕ ਗੱਲ ਬਣਨ ਨਹੀਂ ਲਗੀ। ਤੋਂ ਇਹ ਸੋਚ ਜਦੋਂ ਸਾਡੇ ਨੌਜਵਾਨਾਂ ਵਿੱਚ ਸਾਡੀਆਂ ਬੱਚੀਆਂ ਬੱਚਿਆਂ 'ਚ ਆਵੇਗੀ ਤਾਂ ਮੈਂ ਸਮਝਦਾ ਕਿ ਜਦੋਂ ਜਾਗਰਤੀ ਆ ਜਾਏ ਫਿਰ ਤੁਸੀਂ ਆਪਣਾ ਹੱਕ ਲੈ ਸਕਦੇ ਹੋ। ਫਿਰ ਹੱਕ ਮਿਲਦਾ ਵੀ ਹੈ। ਜਦੋਂ ਤੁਸੀਂ ਜਾਗਰੂਕ ਹੋ ਜਾਓ ਤਾਂ ਫਿਰ ਕੋਈ ਵੀ ਤੁਹਾਡਾ ਹੱਕ ਖੋ ਨਹੀਂ ਸਕਦਾ ਫਿਰ ਅ ਅਕ ਮਿਲਦੇ ਨੇ ਲੇਕਨ ਅਸੀਂ ਅਕ ਲੈਣ ਵਾਲੇ ਬਣੀਏ ਬਿਲਕੁਲ ਤੋਂ ਉਸ ਵਾਸਤੇ ਮੈਂ ਸਮਝਦਾ ਕਿ ਸਾਨੂੰ ਨੇ ਇਕਜੁੱਟ ਹੋ ਕੇ ਇਸ ਚੀਜ਼ ਨੂੰ ਅੱਗੇ ਤੋਰਨਾ ਪਵੇਗਾ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਵਰਨਮੈਂਟ ਵੀ ਇਸ ਚੀਜ਼ ਇਸ ਸੋਚ ਬਣਾਵੇਗੀ ਜਿਸ ਤਰ੍ਹਾਂ ਤੁਸੀਂ ਕਿਹਾ ਕੀ ਕਾਰਨ ਹੋਇਆ ਜਿਹੜਾ ਅੱਜ ਦੇਖੋ ਅਸੀਂ ਵੀ ਇੰਟਰਨਲ ਡਿਸਪਲੇਸਡ ਆ ਅੱਜ ਪਾਰਲੀਮੈਂਟ ਨੇ ਪਾਸ ਕੀਤਾ ਹੈ ਕਿ ਜਿਹੜਾ ਪੋਜਕੇ ਹੈ ਉਹ ਇੰਟਰਨਲ ਪਾਰਟ ਆਫ ਇੰਡੀਆ ਹੈ ਜੀ ਜਦੋਂ ਇੰਟਰਨਲ ਪਾਰਟ ਆਫ ਇੰਡੀਆ ਹੈ ਤਾਂ ਫਿਰ ਅਸੀਂ ਆ ਬਾਗ ਤਹਿਸੀਲ ਤੋਂ ਜਾਂ ਮੀਰਪੁਰ ਤੋਂ ਜਾਂ ਮੁਜ਼ਫਰਾਬਾਦ ਤੋਂ ਉੱਠ ਕੇ ਆਣ ਕੇ ਇੱਥੇ ਬੈਠੇ ਆ ਤੇ ਉਹ ਫਿਰ ਜੰਮੂ ਕਸ਼ਮੀਰ ਦਾ ਏਰੀਆ ਹੀ ਹੋਇਆ ਜੀ ਤੇ ਇੰਟਰਨਲ ਡਿਸਟਰਬ ਹੋਇਆ ਤੇ ਕਸ਼ਮੀਰੀ ਪੰਡਤ ਵੀ ਇੰਟਰਨੈਲੀ ਡਿਸਟਰਬ ਹੋਇਆ ਮਾਈਗ੍ਰੈਂਟ ਕਿਹਾ ਗਿਆ ਉਹਨਾਂ ਨੂੰ ਸਾਨੂੰ ਡਿਸਪਲੇਸਡ ਕਿਹਾ ਗਿਆ ਲੇਕਿਨ ਬੇਸਿਕਲੀ ਅਸੀਂ ਵੀ ਮਾਈਗ੍ਰੈਂਟ ਆ ਜਦੋਂ ਤੁਸੀਂ ਉਹਨੂੰ ਆਪਣਾ ਸਟੇਟ ਮੰਨਦੇ ਹੋ ਆਪਣਾ ਇਸਾਮਨਦੇ ਹੋ ਤੇ ਫਿਰ ਮਾਈਗ੍ਰੈਂਟ ਹੋਇਆ ਤੇ ਇੱਕ ਤੁਸੀਂ ਮਾਈਗ੍ਰੈਂਟ ਨੂੰ ਕੁਝ ਕਰ ਰਹੇ ਹੋ ਤੇ ਇੱਕ ਮਾਈਗ੍ਰੈਂਟ ਨਾਲ ਧੱਕਾ ਕਰਦੇ ਹੋ ਇਹ ਸਾਹਮਣੇ ਲਬਦਾ ਹੈ ਜਿਹੜੀ ਚੀਜ਼ ਕਿ ਤੁਸੀਂ ਕਸ਼ਮੀਰ ਦੇ ਵਿੱਚ ਅੰਪਲਾਈਮੈਂਟ ਦਿੱਤੀ 700 ਕੁ ਸੀਟਾਂ ਤੇ ਉਹ ਕਸ਼ਮੀਰੀ ਪੰਡਤਾਂ ਨੂੰ ਦੇ ਦਿਓ ਸਿੱਖਾਂ ਨੂੰ ਨਾ ਦਿਓ ਜੀ ਤਾਂ ਇਹੋ ਜੇ ਜੀ ਅਸੀਂ ਇਸ ਗੱਲ ਦਾ ਸਾਨੂੰ ਕੋਈ ਸ਼ਿਕਵਾ ਗਿਲਾ ਨਹੀਂ ਹੈ ਭਾਈ ਤੁਸੀਂ ਕਸ਼ਮੀਰੀ ਪੰਡਤਾਂ ਨੂੰ ਕਿਉਂ ਦਿੰਦੇ ਹੋ ਕਸ਼ਮੀਰੀ ਪੰਡਤਾਂ ਨੂੰ ਦਿਓ ਹੋਰ ਵੀ ਦਿਓ ਲੇਕਿਨ ਇੱਕ ਕੌਮ ਜਿਹੜੀ 65 ਵਿੱਚ ਵੀ ਹੋਈ ਇਹ ਛੰਬ ਤੁਸਾਂ ਦੇ ਦਿੱਤਾ ਤੇ ਛੰਬ ਦੇ ਲੋਕ ਉੱਠ ਕੇ 65 ਵਿੱਚ ਵੀ ਤੇ 71 ਵਿੱਚ ਵੀ ਡਿਸਟਰਬ ਹੋ ਗਏ ਬਿਲਕੁਲ ਔਰ ਤੁਸੀਂ ਵਸੇਵਾ ਉਹਨਾਂ ਦਾ ਇਸ ਤਰ੍ਹਾਂ ਕੀਤਾ ਕਿ ਫਿਰ ਉਹਨਾਂ ਨੂੰ ਬਾਰਡਰਾਂ ਤੇ ਸੁੱਟਦਾ ਜੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਸੋਚਨੀਆਂ ਪੈਣੀਆਂ ਜੀ ਉਸੇ ਵਜ੍ਹਾ ਨਾਲ ਫਿਰ ਸਾਡਾ ਅੱਜ ਤੱਕ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਹੋਇਆ ਸਾਨੂੰ ਜੈਂਡ ਕੇ ਸਟੇਟ ਸੀ ਜਦੋਂ ਉਹਨਾਂ ਨੇ 30 ਲੱਖ ਰੁਪਈਆ ਕਹਿ ਕੇ ਗਵਰਨਮੈਂਟ ਨੂੰ ਕਿਹਾ ਦਿੱਲੀ ਨੂੰ ਭੇਜਿਆ ਕਿ ਇਹਨਾਂ ਦਾ ਮ ਇੱਕ ਦਹਾ ਵਾਂਸ ਫਾਰ ਆਲ ਖਤਮ ਕਰੋ 33 ਲੱਖ ਰੁਪਏ ਇਹਨਾਂ ਨੂੰ ਦੇ ਦਿਓ 5-5 ਸਾਢੇ-ਸਾਢੇ 5 ਲੱਖ ਦੀ ਇੱਕ ਕਿਸ਼ਤਾਈ ਹੈ ਇਸੇ ਨੂੰ ਕਹਿੰਦੇ ਆ ਫੁੱਲਨ ਫਾਈਨਲ ਤੁਹਾਡੀ ਇਹ ਸੈਟਲਮੈਂਟ ਹੋ ਗਈ ਹੂੰ ਤਾਂ ਇਹੋ ਜਿਹੀ ਚੀਜ਼ਾਂ ਨੇ ਜੇ ਕਿਤੇ ਜ਼ਮੀਨਾਂ ਨੇ ਤੇ ਪੂਰੀਆਂ ਜ਼ਮੀਨਾਂ ਜੇ ਸਾਨੂੰ ਕਿਹਾ ਗਿਆ ਕਿ ਤੁਹਾਨੂੰ ਖੁਸ਼ਕ ਜਿਹੜੀ ਹੈ 8 ਕਿੱਲੇ ਦਿੱਤੀ ਜਾਵੇਗੀ ਤੇ ਆਬੀ 4 ਕਿੱਲੇ ਦਿੱਤੀ ਜਾਵੇਗੀ ਤੇ ਉਹ ਵੀ ਪੂਰੀ ਨਹੀਂ ਦਿੱਤੀ ਤੋ ਇਹ ਬਹੁਤ ਸਾਰੀਆਂ ਗੱਲਾਂ ਇਸੇ ਧਿਆਨ ਕੇ ਟੁਕਦੀਆਂ ਨੇ ਕਿ ਤੁਸੀਂ ਆਪਣਾ ਰਿਪ੍ਰেজੈਂਟੇਟਿਵ ਨਹੀਂ ਬਣਾ ਸਕੇ ਰਿਪ੍ਰেজੈਂਟੇਟਿਵ ਨਹੀਂ ਚੁਣ ਸਕੇ ਜਦੋਂ ਰਿਪ੍ਰেজੈਂਟੇਟਿਵ ਨਹੀਂ ਚੁਣ ਸਕਿਆ ਤੇ ਉਹਦਾ ਇਹ ਸਭ ਨੁਕਸਾਨ ਹੁੰਦੇ ਹੀ ਸਾਡੀ ਮੋਨੈਟੀ ਕਮਿਸ਼ਨ ਬਣਨੀ ਚਾਹੀਦੀ ਸੀ ਜੈਂਡਕੇ ਦੇ ਵਿੱਚ ਪੂਰੇ ਹਿੰਦੁਸਤਾਨ ਵਿੱਚ ਬਣੀ ਜੰਮੂ ਕਸ਼ਮੀਰ ਜ ਮੋਨੈਟੀ ਕਮਿਸ਼ਨ ਨਹੀਂ ਬਣਿਆ ਸਾਡਾ ਅਨੰਦ ਮੈਂ ਰਿਜੈਕਟ 1954 ਦੇ ਵਿੱਚ ਐਕਟ ਬਣ ਗਿਆ ਉਹਦੇ ਰੂਲਸ ਨਹੀਂ ਬਣੇ ਜੀ ਰੂਲਸ ਨਾ ਬਣਨ ਦੇ ਬਾਰੇ ਨਾਲ ਸਾਡਾ ਆਨੰਦ ਮੈਰਿਜ ਐਕਟ ਲਾਗੂ ਨਹੀਂ ਹੋ ਸਕਿਆ ਹੁਣ ਸਾਨੂੰ ਲੈਂਗੁਆਇਸਟਿਕ ਤੱਕ ਆ ਲੈਂਗੁਏਜ ਵੀ ਸਾਡੇ ਕੋਲ ਖੋਈ ਜਾ ਰਹੀ ਹੈ ਪਰ ਇਹਨਾ ਤੂੰ ਜਿਸ ਕੌਮ ਨੂੰ ਮਾਰਨਾ ਹੈ ਉਹਦੀ ਗੋਲੀ ਖੋਲੋ ਲੈਂਗੁਏਜ ਖੋਲੋ ਉਹਦੀ ਤਾਂ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਇਹਨਾਂ ਦੀ ਲੈਂਗੁਏਜ ਖੋਲੋਗੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਦੇਓਗੇ ਤੁਸੀਂ ਤੋ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਸੋਚਦੇ ਆਂ ਤੇ ਫੇਰ ਸਾਨੂੰ ਇਹ ਸੋਚਣਾ ਪੈ ਜਾਂਦਾ ਹੈ ਕਿ ਚਾਹੇ ਅਸੀਂ ਕਿਸੇ ਪਾਰਟੀ ਚ ਵੀ ਰਹੀਏ ਲੇਕਿਨ ਅਸੀਂ ਆਪਣਾ ਇਕੱਠਾ ਹੋ ਕੇ ਇਹ ਜਿਹੜੇ ਮਸਲੇ ਨੇ ਇਹਨਾਂ ਮਸਲਿਆਂ ਤੇ ਇੱਕ ਆਵਾਜ਼ ਦੇਵਾਂਗੇ ਤੇ ਪੂਰੀ ਕੌਮ ਨੂੰ ਜਾਗਰੂਕ ਕਰਕੇ ਇੱਕ ਕਰਕੇ ਅਸੀਂ ਕੌਮ ਨੂੰ ਕਵਾਂਗੇ ਨੌਜਵਾਨਾਂ ਨੂੰ ਕਵਾਂਗੇ ਆਓ ਅੱਗੇ ਤੁਰੋ ਤੁਸੀਂ ਬਿਲਕੁਲ ਅਸੀਂ ਤੁਹਾਨੂੰ ਗਾਈਡ ਕਰਦੇ ਹਾਂ ਬਿਲਕੁਲ ਤਾਂ ਹੀ ਜੜੀ ਹੈ ਅਸੀਂ ਕਿਤੇ ਜੜੀਆਂ ਸਾਨੂੰ ਸਾਡੇ ਕੋਲ ਵੀ ਅਗਰ ਖਮੀਆਂ ਰਹਿ ਗਈਆਂ ਨਾ ਉਹ ਵੀ ਦੂਰ ਹੋ ਸਕਦੀਆਂ ਨੇ ਤੇ ਲੋਕਾਂ ਨੂੰ ਵੀ ਜਾਗਰੂਕ ਹੋ ਜਾਣਗੇ ਕਿ ਆਪਣੇ ਹੱਕ ਲੈਣ ਦੇ ਵਾਸਤੇ ਸਾਨੂੰ ਸੜਕਾਂ ਤੇ ਵੀ ਆਣਾ ਪਵੇ ਭੁਖੜਤਾ ਲਾਵੀ ਕਰਨੀਆਂ ਪੈਣ ਕਿਤੇ ਬਹਿਣਾ ਵੀ ਪੇ ਤੇ ਬਹਿਣਾ ਪਵੇਗਾ ਤਾਂ ਹੀ ਜਾ ਕੇ ਕਿਤੇ ਕੋਈ ਗੱਲ ਸਿਰੇ ਚੜੇਗੀ ਬਿਲਕੁਲ ਜਿਸ ਤਰ੍ਹਾਂ ਕਿ ਮੇਰਾ ਹੁਣ ਅਗਲਾ ਸਵਾਲ ਇਹੀ ਸੀਗਾ ਕਿ ਯੂਥ ਨੂੰ ਕਿਵੇਂ ਨਾਲ ਲੈ ਕੇ ਚੱਲਣਾ ਲੇਕਿਨ ਤੁਸੀਂ ਆਪਣੇ ਜਵਾਬ ਦੇ ਅੰਦਰ ਯੂਥ ਦੀ ਗੱਲ ਵੀ ਕਰ ਦਿੱਤੀ ਹੈ ਕਿ ਯੂਥ ਵੀ ਨਾਲ ਲੈ ਕੇ ਚੱਲੇਗਾ ਜਿੱਦਾਂ ਮੈਂ ਅਕਸਰ ਇਹ ਗੱਲ ਕਹਿੰਨੀ ਹੁੰਦੀ ਆ ਕਿ ਤੁਹਾਡਾ ਤਜਰਬਾ ਤੇ ਸਾਡਾ ਜਜ਼ਬਾ ਜਦੋਂ ਇਕੱਠੇ ਹੁੰਦੇ ਜਦੋਂ ਕਿਉਂਕਿ ਦੇਖੋ ਜ਼ਿੰਦਗੀ ਸਾਡੇ ਨਾਲੋਂ ਤੁਸੀਂ ਸਾਡੇ ਯੂਥ ਨਾਲੋਂ ਬਹੁਤ ਜ਼ਿਆਦਾ ਵੇਖੀ ਹੋਈ ਆ ਤੁਹਾਨੂੰ ਪਤਾ ਕੈਸੇ ਹਾਲਾਤ ਰਹੇ ਨੇ ਉਹਨਾਂ ਹਾਲਾਤਾਂ ਚੋਂ ਕਿਵੇਂ ਨਿਕਲਣਾ ਤੁਹਾਡੀ ਗਾਈਡੈਂਸ ਤੇ ਬਿਨਾਂ ਯੂਥ ਸ਼ਾਇਦ ਨਹੀਂ ਚੱਲੇਗਾ ਕਿਉਂਕਿ ਯੂਥ ਹੁੰਦਾ ਯੂਥਵੇ ਦੇ ਵਿੱਚ ਜੋਸ਼ ਹੁੰਦਾ ਜੋਸ਼ ਦੇ ਵਿੱਚ ਕਈ ਵਾਰੀ ਅਸੀਂ ਆਪਣਾ ਹੋਸ਼ ਗਵਾ ਬੈਠਦੇ ਆ ਲੇਕਿਨ ਸਾਨੂੰ ਹੋਸ਼ ਦੇ ਨਾਲ ਵੀ ਕੰਮ ਲੈਣਾ ਪਏਗਾ ਹਨਾ ਔਰ ਵੀਰ ਜੀ ਕੀ ਸੋਚਿਆ ਜਿੱਦਾਂ ਹੁਣ ਦੇਖਿਆ ਕਿ ਕਸ਼ਮੀਰ ਦੇ ਵਿੱਚ ਸੀਟਾਂ ਜ਼ਿਆਦਾ ਨੇ ਜੰਮੂ ਦੇ ਵਿੱਚ ਘੱਟ ਨੇ ਹੁਣ ਇਹ ਜਿਹੜਾ ਡਿਲੀਮਿਟੇਸ਼ਨ ਕਮਿਸ਼ਨ ਹੈ ਚੇਂजेस ਤੇ ਹੋਣਗੇ ਸੀਟਾਂ ਵਧਾਈਆਂ ਘਟਾਈਆਂ ਵੀ ਇਧਰ ਉਧਰੋਂ ਜਾਣਗੀਆਂ ਕੀ ਸੋਚਿਆ ਸਾਡੇ ਲਈ ਜਿੱਦਾਂ ਸ਼ੈਡਿਊਲ ਕਾਸਟ ਦੇ ਲਈ ਸੀਟਾਂ ਰੱਖਵੀਆਂ ਨੇ ਸਾਡੇ ਲਈ ਜਦੋਂ ਆਪਾਂ ਕਹਿਦਾ ਕਿ ਸਾਡੀ ਅੱਧੀ ਪੋਪੂਲੇਸ਼ਨ ਕਿੱਥੇ ਕਰਦੀ ਅੱਧੀ ਪੋਪੂਲੇਸ਼ਨ ਕਿੱਥੇ ਕਰਦੀ ਕਿੱਦਾਂ ਪੋਸੀਬਲ ਹੋਏਗਾ ਕਿ ਕਿੱਦਾਂ ਵੱਡਾ ਚੈਲੰਜ ਹੈ ਇਹ ਕਿਸ ਤਰ੍ਹਾਂ ਦੇ ਨਾਲ ਕੰਸਟੀਟਿਊਐਂਸੀਜ਼ ਜਿਹੜੀਆਂ ਡਿਵਾਈਡ ਹੋਣਗੀਆਂ ਕਿੱਦਾਂ ਸਾਡੀਆਂ ਸੀਟਾਂ ਰੱਖਵੀਆਂ ਹੋਣਗੀਆਂ ਇਹਦੇ ਵਾਸਤੇ ਕੋਈ ਮਤਲਬ ਆਪਾਂ ਸੋਚ ਲੈ ਕੇ ਤੁਰ ਰਹੇ ਹਾਂ ਤੋਂ ਉਹ ਮੈਂ ਕੱਲ ਵੀ ਪ੍ਰੈਸ ਕਾਨਫਰੰਸਿਸ ਗਿਆ ਹੈ ਕਿ 1994 ਇਚ ਯੂਨਾਈਟਿਡ ਨੇਸ਼ਨ ਦੀ ਜਿਹੜੀ ਡਿਕਲੇਰੇਸ਼ਨ ਹੋਈ ਹੈ ਜੀ ਜਿਸ ਵਿੱਚ ਇੰਡੀਆ ਵੀ ਚਰੀ ਹੈ ਉਥੇ ਇਹ ਪਾਸ ਹੋਇਆ ਕਿ ਜਿਹੜੀ ਮਨਾਰਟੀਜ਼ ਨੇ ਮਨਾਰਟੀਜ਼ ਦੀਆਂ ethnicities linguistic religious cultural ਇਸ ਦੀ ਪ੍ਰੋਟੈਕਸ਼ਨ ਜਦ ਤੱਕ ਤੁਸੀਂ ਉਹਨਾਂ ਨੂੰ ਰਿਪਰੈਜੈਂਟੇਸ਼ਨ ਨਹੀਂ ਦਿਓਗੇ ਤਦ ਤੱਕ ਇਹ ਉਹਨਾਂ ਦੀ ਪ੍ਰੋਟੈਕਸ਼ਨ ਨਹੀਂ ਹੋ ਸਕਦੀ ਔਰ ਇਹ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਜਿਹੜੀ ਉਹ ਸਟੇਟ ਦੀ ਹੈ ਗਵਰਨਮੈਂਟ ਆਫ ਇੰਡੀਆ ਦੀ ਹੈ ਜੀ ਯਾ ਜਿਹੜੀਆਂ ਜਿਹੜੀਆਂ ਸੜੀਆਂ ਅੱਗੇ ਫੈਡਰਲ ਸਟੇਟ ਨੇ ਇਹਨਾਂ ਦੀ ਹੈ ਤੋਂ ਅਸੀਂ ਇੱਥੇ ਮਾਈਕਰੋਸਕੋਪਿਕ ਮਨਾਟੀ ਦੇ ਵਿੱਚ ਅਸੀਂ ਮੈਂ ਸਮਝਦਾ 2% ਤੋਂ ਵੀ ਘੱਟ ਹੋਵਾਂਗੇ 2% ਤੋਂ ਵੀ ਘੱਟ ਹੋਵਾਂਗੇ ਜੇ ਅਸੀਂ 2% ਤੋਂ ਘਟਾਂ ਤੇ ਫਿਰ ਜਦੋਂ ਤੱਕ ਗਵਰਨਮੈਂਟ ਉਸ UN ਦੇ 2.3 ਦੀ ਡਿਕਲਰੇਸ਼ਨ ਨੂੰ ਸਾਹਮਣੇ ਰੱਖ ਕੇ ਕੋਈ ਡਿਸੀਜਨ ਵੀ ਲੈ ਸਕਦੀ ਹੈ ਸਿਕਮ ਦੇ ਵਿੱਚ ਇਹਨਾਂ ਨੇ ਇੱਕ ਸੰਗਾ ਕੰਸਟੀਟਿਊਐਂਸੀ ਰਿਜ਼ਰਵ ਕੀਤੀ ਹੈ ਮੰਗਸ ਦੇ ਹਸਤੇ ਹੂੰ ਜੀ ਉਹ ਉਹਨੂੰ ਅ ਰਿਜ਼ਰਵ ਕਰ ਦਿੱਤਾ ਉਹ ਵੀ ਰਿਲੀਜੀਅਸ ਬੇਸ ਤੇ ਹੋਈ ਨਾ ਕਮਿਊਨਿਟੀ ਬੇਸ ਤੇ ਹੋਈ ਜੀ ਕਮਿਊਨਿਟੀ ਤੇ ਜਦੋਂ ਸਾਡੀ ਵਾਰੀ ਆਂਦੀ ਹੈ ਤਾਂ ਕਹਿੰਦੇ ਆ ਰਿਲੀਜੀਅਸ ਬੇਸ ਤੇ ਹੋ ਨਹੀਂ ਸਕਦੀ ਕਿਉਂ ਨਹੀਂ ਹੋ ਸਕਦੀ ਉਸ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਵੀ ਉਹਨੂੰ ਅਪਹੈਲਡ ਕੀਤਾ ਔਰ ਉਹਨੇ ਉਹਦੀ ਅਪਰੀਸ਼ੀਏਸ਼ਨ ਕੀਤੀ ਜੀ ਕਿ ਇਸ ਜਿਹੜੀ ਮੰਕ ਉਥੇ ਦੀ ਕਮਿਊਨਿਟੀ ਹੈ ਉਹਨੂੰ ਬਚਾਇਆ ਗਿਆ ਉਥੇ ethnicities cultural ਜਾਂ religious ਜਿਹੜੀਆਂ ਉਹਦੀਆਂ ਰਹਿਣ ਸਹਿਣ ਹੈ ਉਸ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੂੰ ਇੱਕ ਰਿਜ਼ਰਵੇਸ਼ਨ ਦਿੱਤੀ ਗਈ ਇੱਥੇ ਸਾਡਾ ਵਸੇਵਾ ਇਸ ਤਰ੍ਹਾਂ ਕੀਤਾ ਅਸੀਂ ਆਪ ਆਪਣੀ ਚੁਣ ਸਕਦੇ ਇਹਨਾਂ ਨੂੰ ਇਹ ਸੋਚ ਬਣਾਣੀ ਪਵੇਗੀ ਕਿ ਜਾਂ ਤੇ ਸਾਡੀ ਕਨਸਟੀਟਿਊਐਂਸੀ ਉਸ ਤਰੀਕੇ ਦੀ ਬਣਾ ਦੇ ਅੱਜ 47 ਤੋਂ ਪਹਿਲੇ ਜਦੋਂ ਅ ਸ਼ਖਸੀ ਰਾਏ ਸੀ ਉਸ ਵੇਲੇ ਦੋ ਸੀਟਾਂ ਸਾਡੀਆਂ ਵਾਸਤੇ ਰਿਜ਼ਰਵ ਸਨ ਜੀ ਇੱਕ ਜਿਹੜਾ ਇਸਾਈਸਲੇ ਪਾਕਿਸਤਾਨ ਕੋਲ ਹੈ ਇੱਕ ਉਧੀ ਸੀ ਤੇ ਇੱਕ ਇਧਰ ਦੀ ਸੀ ਜੀ ਦੋ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਨੇ ਉਹਦੇ ਸਾਡੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਾਡੇ ਦੋ ਬੰਦੇ ਰਹਿੰਦੇ ਰਹੇ ਨੇ ਜੀ ਗੱਲ ਅੱਜ ਵੀ ਜੇ ਗਵਰਨਮੈਂਟ ਚਾਹੇ ਤਾ ਹੋ ਸਕਦੀ ਹੈ ਤੇ ਜੇ ਗਵਰਨਮੈਂਟ ਨਾ ਚਾਹੇ ਬਸ ਸਿੱਖਾਂ ਨਾਲ ਧੱਕਾ ਹੀ ਕਰ ਰਹਾ ਹੈ ਤੇ ਫਿਰ ਤਾਂ ਗੱਲ ਬੰਨੀ ਨਹੀਂ ਹੈ ਪਰ ਮੈਂ ਸਮਝਦਾ ਕਿ ਅੱਜ ਜ਼ਰੂਰ ਸਾਡੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਮੋਦੀ ਜੀ ਇਹ ਸੋਚ ਬਣਾਣਗੇ ਜੇ ਜੰਮੂ ਕਸ਼ਮੀਰ ਨੂੰ ਤੁਸੀਂ ਇੰਟਰਨਲ Part ਆਫ ਇੰਡੀਆ ਬਣਾਉਣਾ ਚਾਹਦੇ ਹੋ ਤੇ ਫਿਰ ਤੁਹਾਨੂੰ ਸਿੱਖਾਂ ਨੂੰ ਕੁਝ ਰਕੁਝ ਦੇਣਾ ਪਵੇਗਾ ਸਿੱਖ ਹੀ ਇੱਕ ਐਸੀ ਕੌਮ ਹੈ ਜਿਹੜੀ ਦੇਸ਼ ਦੀ ਰੱਖਿਆ ਵਾਸਤੇ ਆ ਹਰ ਵੱਲੇ ਮਰਨ ਨੂੰ ਤਿਆਰ ਹੈ ਹਰ ਵੱਲੇ ਮਿਟਰ ਨੂੰ ਤਿਆਰ ਹੈ ਤੇ ਜੇ ਤੁਸੀਂ ਇਹਨਾਂ ਨੂੰ ਆਪਣੇ ਤੋਂ ਦੂਰ ਰੱਖੋਗੇ ਤੋ ਫਿਰ ਦੂਰੀ ਵੱਧਦੀ ਹੈ ਕਦੇ ਘਟਦੀ ਨਹੀਂ ਇਸ ਵਾਸਤੇ ਅ ਕਰ ਸਕਦੇ ਆ ਐਸੀ ਗੱਲ ਨਹੀਂ ਹੈ ਜੇ ਕਰਨਾ ਚਾਹੋ ਤੇ ਸਾਡੀ ਕਨਸਟੀਟਿਊਐਂਸੀ ਸਾਨੂੰ ਅ ਇਹਦੇ ਇਸ ਲਈ ਕਨਸਟੀਟਿਊਐਂਸੀਆਂ ਵਧਾਉਣੀਆਂ ਹਾਂ ਹਾਂਜੀ ਤੇ ਜਿੱਥੇ ਸਿੱਖ ਪਾਪੂਲੇਸ਼ਨ ਜ਼ਿਆਦਾ ਉਹਨੂੰ ਇੱਕ ਕੰਸਟਿਟੂਐਂਸੀ ਬਣਾ ਦੇਣ ਦੋ ਕੰਸਟਿਟੂਐਂਸੀਆਂ ਬਣਾ ਦੇਣ ਇੱਕ ਕਸ਼ਮੀਰ ਚ ਬਣਾ ਦੇਣ ਤਾਂ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਜੀ ਜਦੋਂ ਡਿਲੀਮਿਟੇਸ਼ਨ ਕਰਨੀ ਹੈ ਤਾਂ ਤੁਸੀਂ ਅ ਦੋ ਐਰੀਆ ਨੂੰ ਵੀ ਜੋੜ ਸਕਦੇ ਹੋ ਬਿਲਕੁਲ ਪਾਪੂਲੇਸ਼ਨ ਤੁਸੀਂ ਲੱਖ ਹੀ ਰੱਖੋ ਦੀ ਪਰ ਦੋ ਏਰੀਆ ਜੋੜ ਕੇ ਤੁਸੀਂ ਇਕੱਠੇ ਕਰ ਸਕਦੇ ਹੋ ਤਾਂ ਇਸ ਵਾਸਤੇ ਰਿਜ਼ਰਵੇਸ਼ਨ ਅਗਰ ਰਿਜ਼ਰਵੇਸ਼ਨ ਵਿੱਚ ਕੁਝ ਹੈ ਜਾਂ ਜਿਹੜੀਆਂ ਸੱਡੀਆਂ ਪਾ ਅਜੋ ਵੀ ਸੀਟਾਂ ਇਹਨਾਂ ਨੇ ਫ੍ਰੀਜ਼ ਕੀਤੀਆਂ ਹੋਈਆਂ ਨੇ ਜੀ ਉਹ ਇਹ ਕਹਿੰਦੇ ਆ ਭਈ ਡੀ ਫ੍ਰੀਜ਼ ਨਹੀਂ ਕਰ ਸਕਦੇ ਅਸੀਂ ਜਦੋਂ ਤੁਸੀਂ ਉਹਨਾਂ ਨੂੰ ਡੀ ਫ੍ਰੀਜ਼ ਨਹੀਂ ਕਰ ਸਕਦੇ ਹੋ ਕਸ਼ਮੀਰੀ ਪੰਡਤਾਂ ਨੂੰ ਤੁਸੀਂ ਕਹਿੰਦੇ ਹੋ ਕਿ ਭਈ ਇਹ ਜੇ ਬੰਬੇ ਬੈਠਾ ਤਾਂ ਉਹ ਵੀ ਵੋਟ ਪਾ ਸਕਦਾ ਜੀ ਤੇ ਜੇ ਅਸੀਂ ਇੱਥੇ ਬੈਠੇ ਦਿਆਂ ਤੇ ਜਿਹੜੀਆਂ ਉਹ ਸੀਟਾਂ ਡੀ ਫ੍ਰੀਜ਼ ਕੀਤੀਆਂ ਜਾਣੀ ਚਾਹੀਦੀਆਂ ਡੀ ਫ੍ਰੀਜ਼ ਕਰੋ ਤਾਂ ਕਿ ਉਹ ਸੀਟਾਂ ਸਾਨੂੰ ਦਿੱਤੀਆਂ ਜਾਣ ਜੀ 130 ਸੀਟਾਂ ਸਾਨੂੰ ਦਿੱਤੀਆਂ ਜਾਣ ਤਾਂ ਕਿ ਜਿਹੜੇ ਰਸੂਜੀ ਅਸੀਂ ਆਏ ਹੋਇਆ 47 ਦੇ 65 ਦੇ 71 ਦੇ ਅਸੀਂ ਆਪਣਾ ਕੋਈ ਵੀ ਚੁਣ ਲਈਏ ਅਸੀਂ ਹੂੰ ਜੀ ਤਾਂ ਆਪਣਾ ਆਦਮੀ ਚੁਣਾਂਗੇ ਜਿਹੜਾ ਸਾਡੀ ਗੱਲ ਅਸੈਂਬਲੀ ਵਿੱਚ ਕਰ ਸਕੇਗਾ ਤਾਂ ਇਹ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਹੂੰ ਤੇ ਜੇ ਕਰਨਾ ਚਾਹੋ ਤੇ ਜੇ ਤੁਹਾਡਾ ਸੋਚ ਹੀ ਗਲਤ ਹੋਵੇ ਤਾਂ ਫੇਰ ਤਾਂ ਨਹੀਂ ਗੱਲ ਬਣਨੀ ਬਿਲਕੁਲ ਕਿਉਂਕਿ ਕਹਿੰਦੇ ਨੇ ਨਾ ਕਿ ਅਗਰ ਸਾਡੀ ਸੋਚ ਉੱਚੀ ਹੈ ਤਾਂ ਕੋਈ ਵੀ ਚੀਜ਼ ਮਮਕਨ ਹੋ ਸਕਦੀ ਹੈ ਹੁਣ ਦਿਖ ਵੀ ਰਿਹਾ ਸਾਨੂੰ ਜਿਸ ਹਿਸਾਬ ਦੇ ਨਾਲ ਆਪਾਂ ਯੂਨਾਈਟ ਹੋ ਗਏ ਆ ਸਾਰੇ ਕੁਝ ਚੰਗਾ ਨਤੀਜਾ ਹੀ ਨਿਕਲ ਕੇ ਆਵੇਗਾ ਤੇ ਵੀਰ ਜੀ ਜੇਕਰ ਗੱਲ ਕੀਤੀ ਜਾਵੇ ਕਿ ਹੁਣ ਇਹ ਆਪਾਂ ਜੰਮੂ ਦੇ ਵਿੱਚ ਤੇ ਚੀਜ਼ ਹੋ ਗਈ ਹੈ ਆਪਾਂ ਯੂਨਾਈਟ ਹੋ ਗਏ ਸਾਰੇ ਹਨਾ ਸਾਰੇ ਜਿਹੜੇ ਰਾਜਨੀਤਿਕ ਸਾਡੇ ਆਗੂ ਨੇ ਚੁਣੇ ਹੋਏ ਨੇ ਤਾਂ ਕਿੰਨਾ ਜ਼ਰੂਰੀ ਹੈ ਕਿ ਹੁਣ ਕਸ਼ਮੀਰ ਦੇ ਵਿੱਚ ਵੀ ਅਜਿਹੀ ਚੀਜ਼ ਹੋ ਜਾਵੇ ਔਰ ਇੱਕ ਜੰਮੂ ਤੇ ਕਸ਼ਮੀਰ ਦੇ ਜਿਹੜੇ ਸਾਡੇ ਸਿੱਖ ਨੇ ਉਹਨਾਂ ਦੀ ਇੱਕ ਹੋ ਮਤਲਬ ਸਲਾਹ ਜਿਹਨੂੰ ਕਹਿੰਦੇ ਨੇ ਕਿ ਕਿਉਂਕਿ ਦੇਖੋ ਜਿੰਨਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਅਗਰ ਜੰਮੂ ਦੇ ਵਿੱਚ ਸਿੱਖ ਪ੍ਰਭਾਵਿਤ ਹੋ ਰਿਹਾ ਤੇ ਸਿੱਖ ਕਸ਼ਮੀਰ ਦੇ ਵਿੱਚ ਵੀ ਪ੍ਰਭਾਵਿਤ ਹੋ ਹੀ ਰਿਹਾ ਵਾ ਤੇ ਕਿੰਨਾ ਜ਼ਰੂਰੀ ਹੈ ਕਿ ਕਸ਼ਮੀਰ ਦੇ ਸਿੱਖਾਂ ਨੂੰ ਵੀ ਨਾਲ ਲੈ ਕੇ ਆਪਾਂ ਤੁਰੀਏ ਉਹਨਾਂ ਦਾ ਵੀ ਦੇਖੀਏ ਕੀ ਮਤਲਬ ਕਹਿੰਦੇ ਨੇ ਨਾ ਕਿ ਜ਼ਿਆਦਾ ਜਦੋਂ ਸਾਡਾ ਹੋ ਜਾਵੇਗਾ ਤੇ ਪ੍ਰਭਾਵ ਕਸ਼ਮੀਰ ਦੇ ਵਿੱਚ ਵੀ ਪਵੇਗਾ ਉੱਥੇ ਵੀ ਫਿਕਰ ਹੋਵੇਗੀ ਜਿਹੜੀ ਹੋ ਅਸੀਂ ਗੱਲ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਤਿੰਨ ਸੀਟਾਂ ਜੰਮੂ ਤੋਂ ਮੰਗੀਆਂ ਦੋ ਕਸ਼ਮੀਰ ਦੇ ਵਸੇ ਕੀਆਂ ਨੇ ਜੀ ਪਰ ਦੋ ਕਸ਼ਮੀਰ ਦੇ ਅਸੀਂ ਕਸ਼ਮੀਰ ਦੇ ਵਿੱਚ ਸਾਡੇ ਤੋਂ ਵੀ ਕਾਟਾਵਾਦੀ ਚ ਬਸਤੇ ਲਏ ਨੇ ਜੀ ਔਰ ਉਹਨਾਂ ਨਾਲ ਵੀ ਤਕਾ ਹੋ ਰਿਹਾ ਹੈ ਜੀ ਉਸ ਆਸੀਂ ਚਿੰਤਤ ਰਹਿੰਦੇ ਆ ਫਿਕਰ ਰਹਿੰਦੀ ਹੈ ਸਾਨੂੰ ਕਿ ਸਾਡੇ ਭਰਾ ਨੇ ਬੈਠੇ ਉੱਥੇ ਜੀ ਉਹਨਾਂ ਨੂੰ ਕੁਝ ਪੰਜਾਬ ਦਾ ਸਹਾਰਾ ਹੁੰਦਾ ਹੈ ਕੁਝ ਜੰਮੂ ਦਾ ਸਹਾਰਾ ਹੁੰਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਵੀ ਇਹ ਸੁਝਾਅ ਦੇਵਾਂਗੇ ਕਿ ਆਪਣੇ ਡਿਫਰੈਂਸਸ ਦੂਰ ਕਰਕੇ ਹਾਂਜੀ ਇਕੱਠੇ ਬੈਠੋ ਇਕੱਠੀ ਸੋਚ ਬਣਾਓ ਬਿਲਕੁਲ ਕੁਝ ਮਸਲਿਆਂ ਤੇ ਸਾਨੂੰ ਇੱਕ ਸੋਚ ਬਣਾਣੀ ਪੈ ਜਾਵੇਗੀ ਅਗਰ ਨਹੀਂ ਬਣਾਵਾਂਗੇ ਤੇ ਇਸੇ ਤੇ ਹੀ ਰੁੱਲਦੇ ਰਵਾਂਗੇ ਜੀ ਇਹ ਇੱਕ ਕੁਝ ਮੁੱਦਿਆਂ ਤੇ ਸਾਨੂੰ ਕੌਮੀ ਮੁੱਦਿਆਂ ਤੇ ਸੋਚ ਇੱਕ ਬਹਾਣੀ ਪਵੇਗੀ ਤਾਂ ਹੀ ਅਸੀਂ ਜਿਹੜੇ ਆ ਕਿਉਂਕਿ ਮਨਅਟੀ ਜਦੋਂ ਤੱਕ ਇਕੱਠੀ ਨਹੀਂ ਹੁੰਦੀ ਉਦੋਂ ਤੱਕ ਕਹਿੰਦੇ ਨਾ ਬਚ ਨਹੀਂ ਸਕਦੀ ਬਿਲਕੁਲ ਤੋਂ ਇਸ ਵਾਸਤੇ ਮੈਂ ਤੇ ਉਹਨਾਂ ਨੂੰ ਤੁਹਾਡੇ ਰਾਈਆਂ ਮੈਸੇਜ ਜ਼ਰੂਰ ਦੇਵਾਂਗਾ ਕਿ ਮਿਲ ਬੈਠੋ ਅਸੀਂ ਤੁਹਾਡੇ ਨਾਲ ਸਾਨੂੰ ਜਦੋਂ ਵੀ ਆਵਾਜ਼ ਮਾਰੋਗੇ ਅਸੀਂ ਤੁਹਾਡੇ ਕੋਲ ਖੜੇ ਹੋਵਾਂਗੇ ਤੁਹਾਡੇ ਨਾਲ ਖੜੇ ਆ ਅੱਜ ਵੀ ਖੜੇ ਆ ਕੱਲ ਵੀ ਖੜੇ ਰਵਾਂਗੇ ਔਰ ਤੁਸੀਂ ਆਪਣੀ ਸੋਚ ਬਣਾਓ ਆਪ ਇਕੱਠੇ ਹੋ ਜਾਓ ਤੇ ਸਾਨੂੰ ਜਦੋਂ ਵੀ ਆਵਾਜ਼ ਮਾਰੋਗੇ ਅਸੀਂ ਤੁਹਾਡੇ ਨਾਲ ਆ ਤੁਹਾਡੇ ਕਿਸੇ ਮਸਲੇ ਤੇ ਵੀ ਕੋਈ ਵੀ ਮਸਲਾ ਹੋਵੇਗਾ ਉਸ ਮਸਲੇ 'ਚ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਨਜ਼ਰ ਆਵਾਂਗੇ ਜੀ ਜੀ ਵੀਰ ਜੀ ਕਾਫੀ ਸਮਾਂ ਮੈਂ ਤੁਹਾਡਾ ਲਿਆ ਹੁਣ ਮੇਰਾ ਆਖੀਰਲਾ ਸਵਾਲ ਇਹੀ ਰਹੇਗਾ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਜਿਹੜੇ ਰਾਜਨੀਤਿਕ ਆਗੂ ਸਾਡੇ ਜਿਹੜੇ ਚੁਣੇ ਗਏ ਸੀ ਉਹ ਇਕੱਠੇ ਹੋਗੇ ਕਿੰਨਾ ਜ਼ਰੂਰੀ ਬਣ ਜਾਂਦਾ ਹੁਣ ਜਿਹੜਾ ਸਾਡੇ ਧਾਰਮਿਕ ਆਗੂ ਨੇ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਫੋਲੋ ਕਰਦੇ ਆ ਉਹਨਾਂ ਨੂੰ ਸਾਡੇ ਧਾਰਮਿਕ ਆਗੂਆਂ ਦਾ ਅਗਾਹ ਫੇਸ ਆਉਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਇੱਕ ਤਾਂ ਹੁੰਦਾ ਕਿ ਕੁਝ ਲੋਕ ਭਾਵਨਾਵਾਂ ਦੇ ਨਾਲ ਵੀ ਜੁੜੇ ਹੋਏ ਹੁੰਦੇ ਨੇ ਕਿ ਜਿਨ੍ਹਾਂ ਨੂੰ ਸਾਨੂੰ ਉਹਨਾਂ ਨੂੰ ਲੱਗਦਾ ਕਿ ਸਾਡੇ ਧਾਰਮਿਕ ਆਗੂ ਇੱਕ ਪਾਸੇ ਵੱਲੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਫੋਲੋ ਕਰਨਾ ਹੀ ਕਰਨਾ ਵਾ ਕਿੰਨਾ ਜ਼ਰੂਰੀ ਹੋ ਜਾਂਦਾ ਹੁਣ ਉਹਨਾਂ ਦਾ ਫੇਸ ਵੀ ਮਤਲਬ ਇੱਕਾਂ ਦੀ ਨਾ ਵਿਚਾਰ ਅਸੀਂ ਉਹੀ ਉਮੀਦ ਰੱਖਦੇ ਹਾਂ ਕਿ ਜੋ ਹਾਲਾਤ ਬਨੇ ਹੋਏ ਨੇ ਇਨਾਂ ਹਾਲਾਤਾਂ ਦੇ ਵਿੱਚ ਸਾਡੇ ਧਾਰਮਿਕ ਆਗੂ ਸਾਡੇ ਤੋਂ ਜ਼ਿਆਦਾ ਅੱਛੀ ਸੋਚ ਰੱਖਦੇ ਨੇ ਜੀ ਧਰਮ ਨਾਲ ਜੁੜੇ ਹੋਏ ਨੇ ਤੇ ਰਾਜ ਬਿਨਾਂ ਨਾ ਧਰਮ ਚੱਲਿਆ ਹੈ ਧਰਮ ਬਿਨਾਂ ਸਭ ਦਲਿਆ ਮਲਿਆ ਹੈ ਜੀ ਤੇ ਧਰਮ ਤੇ ਉੱਚਾ ਰੱਖਣਾ ਪਵੇਗਾ ਤੇ ਧਰਮ ਦੇ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਵੀ ਇੱਕ ਸੋਚ ਬਣਾਣੀ ਪਵੇਗੀ ਸੋਚ ਬਣਾਨੀ ਪਵੇਗੀ ਔਰ ਆਪਣੀ ਜਿਹੜੀ ਉਹਨਾਂ ਦੀ ਕੋਈ ਅ ਕਿਸੇ ਨਾਲ ਦੂਰੀਆਂ ਵੀ ਆ ਨੇ ਉਹ ਵੱਡੇ ਨੇ ਬਾਪ ਛੋਟਿਆਂ ਨੂੰ ਗਲੇ ਨਾਲ ਲਾ ਸਕਦਾ ਹੈ ਪੁੱਤਰਾਂ ਨੂੰ ਧੀਆ ਨੂੰ ਗਲੇ ਨਾਲ ਲਾ ਸਕਦਾ ਉਹ ਉਹਨਾਂ ਨੂੰ ਅਗਰ ਕਿਤੇ ਕੋਈ ਦੂਰੀਆਂ ਬਣੀਆਂ ਵੀ ਹੋਈਆਂ ਨੇ ਤੇ ਉਹ ਦੂਰੀਆਂ ਘਟਾਣੀਆਂ ਚਾਹੀਦੀਆਂ ਨੇ ਅਤੇ ਸਾਂਆਂ ਨੂੰ ਗੱਲੇ ਲਾ ਕੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਉਹਨਾਂ ਦੇ ਅ ਧਾਰਮਿਕ ਆਗੂਆਂ ਦੇ ਤਰਫੋਂ ਵੀ ਆਣੀ ਚਾਹੀਦੀ ਮੇਰੀ ਤੇ ਸੋਚ ਇਹੀ ਹੈ ਤੇ ਮੈਂ ਬੇਨਤੀ ਵੀ ਉਹਨਾਂ ਨੂੰ ਇਹੀ ਕਰਾਂਗਾ ਕਿ ਕਿਉਂਕਿ ਉਹ ਸਾਡੇ ਕੋਲੋਂ ਉੱਚੀ ਸੋਚ ਰੱਖਦੇ ਨੇ ਤੇ ਅੱਛੀ ਸੋਚ ਰੱਖਦੇ ਹੋਏ ਇਸ ਚੀਜ਼ ਨੂੰ ਉਹ ਅ ਅਗਾਂਵਧਾਨ ਲਈ ਸਾਨੂੰ ਸ਼ਾਬਾਸ਼ੀ ਦੇਣਗੇ ਤੇ ਸਾਡੇ ਸਿਰਾਂ ਤੇ ਹੱਥ ਰੱਖਣੇ ਜੀ ਬਿਲਕੁਲ ਬਹੁਤ ਵਧੀਆ ਗੱਲ ਤੁਸੀਂ ਆਖੀ ਹੈ ਔਰ ਬਹੁਤ ਚਿੰਤਾ ਦਾ ਵਿਸ਼ਾ ਜਿੱਦਾਂ ਹੁਣ ਮੇਰੇ ਜ਼ਿਹਨ ਦੇ ਵਿੱਚ ਆਇਆ ਬਹੁਤ ਵੱਡੀ ਚਿੰਤਾ ਹੈ ਸਾਡੀ ਪੰਜਾਬੀ ਪਾ ਸ਼ਾ ਵੀਰ ਜੀ ਕਿ ਕਹਿੰਦੇ ਨੇ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕਿਸੇ ਬੋਲੀ ਦਾ ਮਰ ਜਾਣਾ ਉਸ ਸਮੂਚੀ ਕੌਮ ਦਾ ਮਰ ਜਾਣਾ ਹੁੰਦਾ ਹੈ ਕਿ ਅਗਰ ਆਪਾਂ ਬੋਲੀ ਵਿਸਾਰ ਦਈਏ ਸਾਡੇ ਬੱਚਿਆਂ ਦੇ ਮੂੰਹਾਂ ਤੋਂ ਸਾਡੀ ਪੰਜਾਬੀ ਭਾਸ਼ਾ ਲੈ ਜਾਵੇ ਤਾਂ ਦਿਲ ਅੰਦਰ ਵਲੁੰਦ ਰਿਆ ਜਾਂਦਾ ਕਿੰਨਾ ਵੱਡਾ ਚਿੰਤਾ ਦਾ ਵਿਸ਼ਾ ਇਹ ਲੱਗਦਾ ਨਹੀਂ ਕਿ ਇਹ ਹੋਣੀ ਸਾਡੀ ਵੱਡੀ ਚਿੰਤਾ ਹੋ ਜਾਣੀ ਚਾਹੀਦੀ ਹੈ ਇਹ ਵੀ ਨਾਲ ਨਾਲ ਇਹਦੇ ਜੇ ਮੈਂ ਦੋ ਗੱਲਾਂ ਵਾਂ ਕਾਵਾਂਗਾ ਜੀ ਇੱਕ ਤਾਂ ਕੋਈ ਸਾਡਾ ਆਪਣਾ ਕਸੂਰ ਵੀ ਹੈ ਬਹੁਤ ਵੱਡਾ ਅਸੀਂ ਮੈਂ ਆਪਣੀਆਂ ਧੀਆਂ ਨੂੰ ਪੈਨਾ ਨੂੰ ਬੱਚਿਆਂ ਨੂੰ ਇਹ ਗੱਲ ਕਹਾਂਗੇ ਘਰਾਂ 'ਚ ਪੰਜਾਬੀ ਬੋਲੋ ਜੀ ਪੰਜਾਬੀ ਬੱਚਿਆਂ ਨੂੰ ਪੜ੍ਹਾਓ ਪੰਜਾਬੀ ਸਿਖਾਓ ਜੀ ਅਸੀਂ ਕੋਸ਼ਿਸ਼ ਕਰਦੇ ਆਂ ਅਸੀਂ ਗੁਰਦੁਆਰਿਆਂ 'ਚ ਵੀ ਪੰਜਾਬੀ ਦੀਆਂ ਕਲਾਸਾਂ ਲਾ ਰਹੇ ਆਂ ਜੀ ਲਾਉਂਦੇ ਵੀ ਆਂ ਹੋਰ ਵਧਾਵਾਂਗੇ ਤੇ ਜਿੱਥੇ ਤੱਕ ਗਵਰਨਮੈਂਟ ਨਾਲ ਗਵਰਨਮੈਂਟ ਨਾਲ ਸਾਡੀ ਇਹ ਲੜਾਈ ਲੱਗੀ ਦੀ ਹੈ ਜੀ ਜਦੋਂ ਤੱਕ ਆਫੀਸ਼ੀਅਲ ਲੈਂਗੁਏਜ ਪੰਜਾਬੀ ਨਹੀਂ ਹੋਏਗੀ ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਸੜਕਾਂ 'ਤੇ ਵੀ ਆਏ ਆਂ ਜੀ ਤੇ ਫੇਰ ਸੜਕਾਂ ਤੇ ਆਵਾਂਗੇ ਜ਼ਰੂਰਤ ਪਵੇਗੀ ਤੇ ਮੈਂ ਪਹਿਲਾ ਸ਼ਖਸ ਹੋਵਾਂਗਾ ਜਿਹੜਾ ਭੁਖੜ ਧਾਲ ਤੇ ਬੈਠਾਂਗਾ ਉਹ ਨੌਜਵਾਨਾਂ ਨੂੰ ਖਾਸ ਕਰਕੇ ਕਹਾਂਗਾ ਜਿਸ ਕੌਮ ਦੀ ਨੌਜਵਾਨੀ ਜਿਹੜੀ ਹੈ ਨਾ ਜਦੋਂ ਉਹ ਜਾਗਰੂਕ ਹੋ ਜਾਏਗੀ ਤੇ ਮੈਂ ਸਮਝਦਾ ਕਿ ਫਿਰ ਕੋਮਾ ਨਹੀਂ ਮਰਦੀਆਂ ਜਦੋਂ ਨੌਜਵਾਨ ਆ ਰਾਹ ਪਰ ਭਟਕ ਜਾਂਨ ਤਾਂ ਫੇਰ ਕੋਮਾ ਭਟਕ ਜਾਂਦੀਆਂ ਨੇ ਇਸ ਵਰਕੇ ਮੇਰੀ ਸਭ ਤੋਂ ਵੱਡੀ ਬੇਨਤੀ ਆਪਣੇ ਨੌਜਵਾਨ ਬੱਚਿਆਂ ਵੀਰਾਂ ਛੋਟਿਆਂ ਨੂੰ ਹੈ ਕਿ ਆਓ ਕਿਉਂਕਿ ਫਿਊਚਰ ਤੁਸੀਂ ਹੋ ਜੀ ਬਿਲਕੁਲ ਤੇ ਧੀਆ ਤੇ ਮਾਵਾਂ ਜੜੀਆਂ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਜੜੀਆਂ ਕੌਮ ਦਾ ਫਿਊਚਰ ਉਹ ਸਵਾਰਦੀਆਂ ਨੇ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਠੀਕ ਹੈ ਜ਼ਮਾਨੇ ਨਾਲ ਵੀ ਚਲੋ ਲੇਕਿਨ ਤੁਹਾਡੇ ਮਨ ਵਿੱਚ ਕੋਮਸੇ ਦਰਦ ਹੋਣਾ ਚਾਹੀਦਾ ਹੈ ਪੰਜਾਬੀ ਹੱਸੇ ਦਰਦ ਹੋਣਾ ਚਾਹੀਦਾ ਹੈ ਤੇ ਪੰਜਾਬੀ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਇਹੋ ਦੇ ਸਕਦੀਆਂ ਨੇ ਤੋਂ ਇਹਨਾਂ ਦਾ ਵੀ ਸਾਡਾ ਆਪਣਾ ਰੋਲ ਵੀ ਅੱਛਾ ਰਹਿਣਾ ਚਾਹੀਦਾ ਹੈ ਜੀ ਤੇ ਬਾਕੀ ਜਿਹੜੀ ਗਵਰਨਮੈਂਟ ਨਾਲ ਲੜਾਈ ਹੈ ਅਸੀਂ ਇਕੱਠੇ ਹੋ ਕੇ ਲੜਾਂਗੇ ਬਾਕੀ ਬੈਂਟੀ ਕਰਾਂਗੇ ਪੂਰੀ ਕੌਮ ਨੂੰ ਕਿ ਜਦੋਂ ਤੁਹਾਨੂੰ ਆਵਾਜ਼ ਦਈਏ ਸਾਡਾ ਸਾਥ ਦਿਓ ਤੁਸੀਂ ਸਾਡੀ ਤਾਕਤ ਹੋ ਤੁਸੀਂ ਜਦੋਂ ਤੁਹਾਡੀ ਤਾਕਤ ਸਾਡੇ ਕੋਲ ਹੋਏਗੀ ਤੇ ਅਸੀਂ ਤਗੜੇ ਹੋ ਕੇ ਬੋਲ ਸਕਾਂਗੇ ਮੈਂ ਇਹਹੀ ਮੈਸੇਜ ਜਿਹੜਾ ਉਹ ਬੁਰੀ ਕੌਮ ਨੂੰ ਦੇਣਾ ਚਾਹੁੰਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ ਔਰ ਬਹੁਤ ਸੋਹਣੀ ਸੇਧ ਵੀ ਦਿੱਤੀ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਕੁਝ ਚੰਗੀਆਂ ਗੱਲਾਂ ਸਾਨੂੰ ਬਹੁਤ ਕੁਝ ਨਿਕਲ ਕੇ ਵੀ ਆਇਆ ਤੁਹਾਡੀਆਂ ਗੱਲਾਂ ਦੇ ਵਿੱਚੋਂ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਡਿਲੀਮਿਟੇਸ਼ਨ ਦੇ ਲਈ ਤੁਸੀਂ ਕਿਹਾ ਕਮਿਸ਼ਨ ਦੇ ਨਾਲ ਤੁਹਾਡੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਮੀਟਿੰਗ ਦੇ ਵਿੱਚੋਂ ਨਿਕਲ ਕੇ ਕੀ ਨਿਕਲਦਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਉਹ ਵੀ ਸਾਡੀ ਸੰਗਤ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋਗੇ ਔਰ ਸਮੇਂ-ਸਮੇਂ ਤੇ ਅਸੀਂ ਤੁਹਾਡੇ ਸੁਝਾਅ ਤੁਹਾਡੇ ਵਿਚਾਰ ਆਪਣੇ ਚੈਨਲ ਦੇ ਰਾਹੀਂ ਸਾਡੇ ਦਰਸ਼ਕਾਂ ਦੇ ਨਾਲ ਸਾਡੀ ਸੰਗਤ ਦੇ ਨਾਲ ਜਰੂਰ ਸਾਂਝਾ ਕਰਦੇ ਰਵਾਂਗੇ ਇਕ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ